ਦਿਲੋਂ ਨਾ ਵਿਸਾਰੀਏ ਪੰਜਾਬ ਦੇ ਰਿਵਾਜ਼ਾਂ ਨੂੰ, ਢੱਡ ਤੂੰ ਵੀ ਸਾਰੰਗੀ ਅਤੇ ਢੋਲ ਜਿਹੇ ਸਾਜ਼ਾਂ ਨੂੰ। ਦਿਲੋਂ ਨਾ ਵਿਸਾਰੀਏ ਪੰਜਾਬ ਦੇ ਰਿਵਾਜ਼ਾਂ ਨੂੰ, ਢੱਡ ਤੂੰ ਵੀ ਢੋਲਕੀ ਅਤੇ ਢੋਲ ਜਿਹੇ ਸਾਜ਼ਾਂ ਨੂੰ। ਆਪਣੇ ਵਤਨ ਦੀ ਹੈ ਮਿੱਟੀ ਵਾਜਾਂ ਮਾਰਦੀ, ਗੱਡੇ ਭੁੱਲ ਜਾਈਏ ਨਾ ਵੇਖ ਕੇ ਜਹਾਜ਼ਾਂ ਨੂੰ ਜੀ, ਗੱਡੇ ਭੁੱਲ ਜਾਈਏ ਨਾ ਵੇਖ ਕੇ ਜਹਾਜ਼ਾਂ ਨੂੰ। ਮੈਂ ਜੀ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ, ਜਿਹਦੇ 'ਚ ਕਰਾਂਗੇ ਆਪਾਂ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤ। ਪਰ ਉਸ ਤੋਂ ਪਹਿਲਾਂ ਇੱਕ ਗੱਲ ਕਰਨੀ ਚਾਹੁੰਦੇ ਹਾਂ, ਦਿੱਲੀ ਦੀ ਗੱਲ ਕਰਨੀ ਚਾਹੁੰਦੇ ਛੋਟੀ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ। ਇੱਕ ਸ਼ਾਹਰੁਖ ਖਾਨ ਦੀ ਫਿਲਮ ਆਈ ਸੀ ਕਿ 11 ਮੁਲਕੋਂ ਕੀ ਪੁਲਿਸ ਜੋ ਹੈ ਉਹ ਡੌਨ ਕੋ ਢੂੰਡ ਰਹੀ ਹੈ ਔਰ ਡੌਨ ਕੋ ਢੂੰਡ ਨਹੀਂ ਪਾ ਰਹੀ, ਮਤਲਬ ਇੱਦਾਂ ਦਾ ਕੋਈ ਡਾਇਲੋਗ ਸੀਗਾ ਡੌਨ ਫਿਲਮ ਦਾ ਸ਼ਾਹਰੁਖ ਖਾਨ ਦਾ, ਅਤੇ ਉਹੋ ਹੀ ਹਾਲਾਤ ਤਕਰੀਬਨ ਡਾਇਲੋਗ ਇਹੋ ਹੀ ਆ, ਅਤੇ ਕਹਿਣਾ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਪੈਣਾ ਦਿੱਲੀ ਦਾ ਬਾਰੇ। ਦਿੱਲੀ ਦੇ ਵਿੱਚ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਅਤੇ ਇਲੈਕਸ਼ਨਾਂ ਹੁਣ 8 ਤਰੀਕ ਨੂੰ ਹੈਗੀਆਂ, ਪਰ ਉੱਥੇ ਕਮਾਨ ਜਿਹੜੀ ਹੈਗੀ ਆ ਉਹ ਅਮਿਤ ਸ਼ਾਹ ਨੇ ਖੁਦ ਸੰਭਾਲੀ ਹੋਈ ਆ ਔਰ 11 ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਉਹ ਉੱਥੇ ਲਾ ਰੱਖੇ ਨੇ, ਸਾਰੇ MLA MP ਜਿਹੜੇ ਰਾਜ ਸਭਾ ਦੇ ਮੈਂਬਰ ਉਹ ਸਾਰੇ ਦਿੱਲੀ ਝੋਂਕ ਰੱਖੇ ਆ ਵੀ ਕੇਜਰੀਵਾਲ ਨੂੰ ਕਿਸੇ ਨਾ ਕਿਸੇ ਤਰੀਕੇ ਹਰਾਉਣਾ ਹੈ। ਸੋ ਇਹ ਕਹਿ ਸਕਦੇ ਹਾਂ ਕਿ 11 ਸੂਬੋ ਕੇ ਮੁੱਖ ਮੰਤਰੀ ਵੀ ਕੇਜਰੀਵਾਲ ਕੋ ਢੂੰਡ ਰਹੇ ਹੈ ਕਿ ਉਹ ਕਿਆ ਰਣਨੀਤੀ ਅਪਣਾ ਰਿਹਾ। ਪਰ ਦੇਖੋ ਜੀ, ਜਿੱਥੇ ਅਮਿਤ ਸ਼ਾਹ ਨੇ ਕਮਾਨ ਸੰਭਾਲੀ ਹੈ ਉੱਥੇ ਗੱਲ ਕਰੀਏ, ਕੇਜਰੀਵਾਲ ਦੀ ਕਮਾਨ ਮੈਂ ਸਮਝਦਾ ਕਿਸੇ ਹੱਦ ਤੱਕ ਲੋਕਾਂ ਨੇ ਸੰਭਾਲੀ ਹੋਈ ਹੈ। ਜੇ ਲੋਕਾਂ ਨੇ ਕਮਾਨ ਸੰਭਾਲੀ ਹੈ ਤਾਂ ਉਦੋਂ ਬਾਅਦ ਕੋਈ ਵੀ ਸੰਭਾਲੀ ਜਾਵੇ ਉਹਦਾ ਕੁਛ ਨਹੀਂ ਹੋ ਸਕਦਾ। ਮੁੱਕਦੀ ਗੱਲ ਇਹ ਹੈ ਜੀ, ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ ਬੱਚੇ, ਕਾਫੀ ਸੈਂਕੜੇ ਬੱਚੇ, ਹਜ਼ਾਰਾਂ ਬੱਚੇ ਜਿਹੜੇ ਨੇ ਸਕੂਲਾਂ ਦੇ, ਸਰਕਾਰੀ ਸਕੂਲਾਂ ਦੇ, ਨੋਟ ਸਕੂਲਾਂ ਦੇ, ਸਿਰਫ ਸਰਕਾਰੀ ਸਕੂਲਾਂ ਦੇ, ਉਹ ਰੋਡ 'ਤੇ ਜਾ ਕੇ ਇੱਕ ਆਪਣਾ ਵੱਖਰਾ ਕਾਫਲਾ ਬਣਾ ਕੇ ਕੇਜਰੀਵਾਲ ਦੇ ਹੱਕ ਦੇ ਵਿੱਚ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ। ਜਦਕਿ ਕਹਿਣਾ ਲੋਕਾਂ ਦਾ ਜਾਂ ਕਿਸੇ ਦਾ ਵੀ ਇਹ ਹੋ ਸਕਦਾ ਕਿ ਉਹਨਾਂ ਦੀ ਕਿਹੜਾ ਵੋਟ ਬਣੀ ਹੈ, ਉਹ ਜੋ ਮਰਜ਼ੀ ਕਹੀ ਜਾਣ, ਪਰ ਜੇ ਉਹ ਸੜਕ 'ਤੇ ਆਏ ਨੇ ਕੇਜਰੀਵਾਲ ਦੇ ਹੱਕ 'ਚ ਟੋਪੀਆਂ ਪਾ ਕੇ, ਤਾਂ ਇਹਦਾ ਮਤਲਬ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੇ ਹੀ ਭੇਜਿਆ। ਅਤੇ ਜੇ ਘਰਦਿਆਂ ਨੇ ਭੇਜਿਆ ਤਾਂ ਘਰਦੇ ਕਿਹਦੀ ਗੱਲ ਹੈਗੀ ਜੀ, ਇਹ ਸਭ ਨੂੰ ਜਾਣ ਲੈਣਾ ਚਾਹੀਦਾ, ਅੰਦਾਜ਼ਾ ਹੋ ਜਾਣਾ ਚਾਹੀਦਾ। ਖੈਰ ਗੱਲਬਾਤ ਕਰੀਏ ਜੀ ਆਪਾਂ ਅੱਜ ਜਿਹੜਾ ਹੁੰਦਾ ਮੇਲ ਬਾਕਸ, ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਉਹਦੇ 'ਚ ਕੁਛ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਕੋਸ਼ਿਸ਼ ਕਰੀਦੀ ਹੈ ਵੀ ਥੋੜ੍ਹਾ ਬਹੁਤ ਕੋਈ ਰੌਣਕ ਮੇਲਾ ਵੀ ਹੋ ਜਾਏ, ਨਾਲ ਦੀ ਨਾਲ ਕੋਈ ਗੱਲਬਾਤ ਚੰਗੀ ਵੀ ਜਿਹੜੀ ਵਿੱਚੋਂ ਨਿਕਲ ਆਉਂਦੀ ਹੈ, ਕਈ ਵਾਰੀ ਸਿੱਖਣ ਸਿਖਾਉਣ ਵਾਲੀ ਵੀ ਗੱਲ ਨਿਕਲ ਆਉਂਦੀ ਹੈ। ਸੋ ਸ਼ੁਰੂ ਕਰਦੇ ਹਾਂ ਜੀ ਤੁਹਾਡੀਆਂ ਮੇਲ ਬਾਕਸ ਜਿਹੜਾ ਸੁਨੇਹਿਆਂ ਦਾ ਸਿਲਸਿਲਾ। ਸੀਰਤ ਕੌਰ ਸੇਠੀ BC ਵੈਨਕੂਵਰ ਤੋਂ ਇਹਨਾਂ ਨੇ ਪੁੱਛਿਆ, ਇਹ ਕਹਿੰਦੇ ਵੀ ਜੱਗੀ ਅੰਕਲ ਜੀ, ਅਗਰ ਕੋਈ ਕਹੇ ਕਿ ਯੂਨੀਵਰਸ ਦੇ ਵਿੱਚ ਕਰੋੜਾਂ ਸਿਤਾਰੇ ਹਨ ਤਾਂ ਆਪਾਂ ਯਕੀਨ ਕਰ ਲੈਂਦੇ ਹਾਂ, ਹਾਲਾਂਕਿ ਆਪਾਂ ਦੇਖੇ ਨਹੀਂ ਹੁੰਦੇ, ਪਰ ਅਗਰ ਕੋਈ ਕਹੇ ਜਾਂ ਕਿਤੇ ਲਿਖਿਆ ਹੋਵੇ ਕਿ ਇਹ ਰੰਗ ਗਿੱਲਾ ਹੈ, ਇਹ ਪੇਟ ਗਿੱਲਾ ਹੈ, ਤਾਂ ਅਸੀਂ ਯਕੀਨ ਨਹੀਂ ਕਰਦੇ। ਅਕਸਰ ਦੇਖਿਆ ਕਿ ਬੰਦਾ ਹੱਥ ਲਾ ਕੇ ਦੇਖਦਾ ਕਿ ਵਾਕਿਆ ਗਿੱਲਾ, ਇਹਦਾ ਕੀ ਕਾਰਨ ਆ। ਇਹ ਤਾਂ ਪੁੱਤਰ ਜੀ ਆਪਣੀ ਫਿਤਰਤ ਬਣ ਗਈ ਹੈ ਸਾਡੀ ਪੰਜਾਬੀਆਂ ਦੀ ਕਿ ਜੇ ਕੋਈ ਚੰਗੀ ਗੱਲ ਕਹਿੰਦਾ ਤਾਂ ਉੱਥੇ ਅਮਲ ਨਹੀਂ ਕਰਦੇ, ਜੇ ਕੋਈ ਬੰਦਾ ਕਹਿੰਦਾ ਨਾ ਵੀ ਅੱਗੇ, ਜਿਵੇਂ ਉਹ ਕਹਿੰਦੇ ਵੀ ਮੱਛੀ ਕਹਿੰਦੇ ਪੱਥਰ ਝੱਟ ਕੇ ਮੁੜਦੀ ਹੈ, ਇਹੋ ਜਿਹੀ ਕੋਈ ਕਹਾਵਤ ਹੈਗੀ ਆ। ਕੋਈ ਕਹਿੰਦਾ ਨਾ ਬੰਦਾ ਚੰਗਾ ਭਲਾ, ਕੋਈ ਸਾਈਕਲ 'ਤੇ ਜਾ ਰਿਹਾ ਅਤੇ ਉਹਨੂੰ ਤੁਰਿਆ ਜਾਂਦਾ ਬੰਦਾ, ਕਹਿੰਦਾ ਵੀ ਭਾਈ ਇੱਧਰ ਨਾ ਜਾ, ਰਾਹ ਬੰਦ ਹੈ, ਉਹ ਐਵੇਂ ਮਾਰੀ ਜਾਂਦਾ ਅਗਲਾ, ਕਹਿੰਦਾ ਜਾ ਕੇ ਦੇਖਦਾ ਉੱਥੇ, ਕਹਿੰਦਾ ਹਾਂ ਯਾਰ ਵਾਕਿਆ ਰਾਹ ਬੰਦ ਆ, ਪਿੱਛੇ ਮੁੜਨਾ ਪੈਣਾ। ਸੋ ਸਾਡੀ ਫਿਤਰਤ ਜਿਹੜੀ ਇਹ ਬਣ ਗਈ ਹੈ ਗੱਲ ਨੂੰ, ਅਕਸਰ ਇਹ ਦੇਖਿਆ, ਅਕਸਰ ਦੇਖਿਆ ਮੇਰੇ ਨਾਲ ਵੀ ਹੋਇਆ, ਮੈਂ ਪਿੱਛੇ ਸਾਂਝਾ ਵੀ ਕੀਤਾ ਸੀਗਾ ਕਿ ਮੈਂ ਕਿੱਥੇ ATM 'ਤੇ ਗਿਆ, ਨਿਊਯਾਰਕ ਦੀ ਗੱਲ ਹੈ, ਜ਼ਰੂਰੀ ਪੈਸੇ ਚਾਹੀਦੇ ਸੀ ਅਤੇ ਨੇੜੇ ਸਭ ਤੋਂ ਉਹੀ ਪੈਂਦਾ ਸੀ ATM 'ਤੇ, ਮੈਂ ਗਿਆ ਅਤੇ ਅੰਦਰੋਂ ਬਾਹਰ ਨਿਕਲਿਆ ਕੋਈ ਬੰਦਾ ਅਤੇ ਉਹਨੇ ਕਿਹਾ, ਦੋ ਜਣੇ, ਇੱਕ ਲੇਡੀ ਇੱਕ ਬੰਦਾ, ਤੂੰ ਕਹਿੰਦੇ ਨੋਟ ਵਰਕਿੰਗ, ਉਹ ਮੈਂ ਕਿਹਾ ਓਕੇ ਥੈਂਕ ਯੂ ਕਹਿ ਕੇ ਮੈਂ ਗੱਡੀ ਜਾ ਕੇ ਬਹਿ ਗਿਆ। ਪਰ ਜਦੋਂ ਉਹ ਚਲੇ ਗਏ ਤਾਂ ਮੈਂ ਜਾ ਕੇ ਫਿਰ ATM ਦੇਖਿਆ, ਮੈਂ ਕਿਹਾ ਵੀ ਸ਼ਾਇਦ ਉਹਨਾਂ ਨੇ ਉੱਦਾਂ ਹੀ ਕਿਹਾ ਹੋਵੇ, ਜਾਂ ਫਿਰ ਹੋ ਸਕਦਾ ਵੀ ਉਹ ਚੱਲ ਵੀ ਸਕਦਾ, ਬਾਅਦ 'ਚ ਹੋ ਸਕਦਾ ਚਲਾਦਾ ਹੋਏ ਚੈੱਕ ਕਰ ਲਈਏ, ਪਰ ਉਹ ATM ਬੰਦ ਸੀਗਾ। ਇਹ ਸਾਡੇ ਖੂਨ ਦੇ ਵਿੱਚ ਸ਼ਾਮਿਲ ਹੋਈਆਂ ਹੋਈਆਂ ਗੱਲਾਂ ਕਿ ਅਸੀਂ ਜਿਹੜੀ ਕੋਈ ਸਾਹਮਣੇ ਦਿਸਦੀ ਆ ਉਹ 'ਤੇ ਯਕੀਨ ਨਹੀਂ ਕਰਨੇ, ਜਿਹੜੀ ਚੀਜ਼ ਨਹੀਂ ਹੈਗੀ ਉਹ 'ਤੇ ਯਕੀਨ ਕਰਨਾ ਆਮ ਜਿਹੀ ਗੱਲ
ਹੋ ਗਈ ਹੈ। ਚਲੋ ਇਹ ਜਦੋਂ ਬਣ ਹੀ ਗਈ ਜੀ ਗੱਲ, ਇਹਦਾ ਕੀ ਕਰ ਸਕਦੇ ਹਾਂ। ਸੁਖਰਾਜ ਸਿੰਘ ਸਾਲਟ ਲੇਕ ਸਿਟੀ ਤੋਂ, ਇਹ ਮੇਰੇ ਖਿਆਲ ਅੱਗੇ ਵੀ ਸਵਾਲ ਆਇਆ ਸੀ, ਕਿਉਂਕਿ ਜੇ ਤੁਹਾਡੀ ਮਿਲੀਅਨ ਡਾਲਰ ਦੀ ਲਾਟਰੀ ਨਿਕਲ ਆਵੇ ਤਾਂ ਤੁਸੀਂ ਕੀ ਕਰੋਗੇ? ਦੇਖੋ ਜੀ, ਇੱਕ ਪੰਜਾਬ ਦੇ ਵਿੱਚ ਗੋਲ ਗੱਪਿਆਂ ਵਾਲੇ ਨੂੰ ਕਿਸੇ ਨੇ ਪੁੱਛਿਆ ਵੀ ਜੇ ਤੇਰੇ ਕੋਲ ਟਾਟਾ ਬਿਰਲਾ ਜਿੰਨਾ ਪੈਸਾ ਆ ਜਾਵੇ ਤਾਂ ਫਿਰ ਕੀ ਹੋਊਗਾ? ਉਹ ਕਹਿੰਦਾ ਜੀ, ਜੇ ਟਾਟਾ ਬਿਰਲਾ ਜਿੰਨਾ ਮੇਰੇ ਕੋਲ ਪੈਸਾ ਆ ਜਾਵੇ ਤਾਂ ਮੈਂ ਟਾਟੇ ਬਿਰਲੇ ਨਾਲੋਂ ਵੀ ਅਮੀਰ ਹੋਊਂਗਾ। ਉਹ ਕਹਿੰਦਾ ਵੀ ਯਾਰ, ਇਹ ਕਿਹੜੀ ਗੱਲ ਹੋਈ? ਜੇ ਟਾਟੇ ਬਿਰਲੇ ਜਿੰਨਾ ਤੇਰੇ ਕੋਲ ਪੈਸਾ ਆ ਗਿਆ ਤਾਂ ਤੂੰ ਓਨਾ ਹੀ ਅਮੀਰ ਹੋਏਗਾ, ਉਹਨੂੰ ਅਮੀਰ ਕਿਵੇਂ ਹੋ ਜਾਏਗਾ? ਅਤੇ ਉਹ ਕਹਿੰਦਾ ਭਾਈ, ਨਾਲ ਦੀ ਨਾਲ ਗੋਲ ਗੱਪੇ ਵੀ ਤਾਂ ਵੇਚੂੰਗਾ ਹੀ, ਬਾਕੀ ਜਿਹੜੇ ਕੰਮ ਕਰ। ਸੋ ਮੈਂ ਜੇ ਹੋ ਗਿਆ ਤੁਸੀਂ ਦੇਖੋ, ਮੈਂ ਵੀ ਇੱਦਾਂ ਅਮੀਰ ਹੋ ਜੂੰਗਾ। ਪਰ ਇਹ ਲਾਟਰੀ ਵਾਲੀ ਜਿਹੜੀ ਗੱਲਬਾਤ ਹੈ, ਬੜੀ ਕਸੂਤਾ ਜਿਹਾ ਕੰਮ ਹੈਗਾ ਵੀ ਕਿਸੇ ਬੰਦੇ ਨੇ ਕਿਹਾ ਵੀ ਤੇਰੀ ਲਾਟਰੀ ਨਿਕਲੀ, ਕਿਸੇ ਬੰਦੇ ਨੂੰ ਲਾਟਰੀ ਨਿਕਲ ਆਈ ਹੈ। ਕਹਿੰਦਾ ਉਹ ਬੜਾ ਖੁਸ਼ ਹੈ, ਕਹਿੰਦਾ ਵੀ ਮੰਨ ਲਓ ਤੇਰੀ 100 ਰੁਪਏ ਦੀ ਲਾਟਰੀ ਨਿਕਲੀ ਹੋਵੇ ਤਾਂ ਕੀ ਕਰੇਗਾ? ਉਹ ਕਹਿੰਦਾ ਵੀ ਮੈਂ 100 ਰੁਪਈਆ 50 ਆਪਦੇ ਧਾਰਮਿਕ ਸਥਾਨ 'ਤੇ ਚੜ੍ਹਾਉਂ, 50 ਮੈਂ ਖਰਚ ਲੂੰਗਾ। ਕਹਿੰਦਾ ਮੰਨ ਲਓ 10,000 ਦੀ ਨਿਕਲੀ ਹੋਵੇ ਤਾਂ ਕਹਿੰਦਾ ਮੈਂ ਇੰਨੇ ਇੰਨੇ ਕਰੂੰਗਾ, ਇੰਨੇ ਕਰੂੰਗਾ, ਇੰਨੇ ਮੰਮੀ ਦੇ ਦੂ, ਪਾਪਾ ਦੇ ਦੂ, ਇੰਨੇ ਅਗਰ ਮੈਂ ਕਿੰਨੇ ਕਰੂੰਗਾ? ਮੰਨ ਲਓ ਤੇਰੀ 1,00,000 ਰੁਪਏ ਦੀ ਲਾਟਰੀ ਨਿਕਲੀ ਫਿਰ ਚੰਗਾ। ਮੈਂ 1,00,000 ਰੁਪਏ ਦੇ ਵਿੱਚੋਂ ਹੋਏ, ਅੱਛਾ 1,00,000 ਰੁਪਏ ਦੇ ਵਿੱਚੋਂ ਇੰਨੇ ਆਹ ਕਰੂੰਗਾ, 10,00,000 ਫਲਾਣੇ ਨੂੰ ਦੇ ਦੂੰਗਾ, ਫਲਾਣੇ ਨੂੰ ਕਰਕੇ ਇੰਨੇ ਕਰਕੇ ਮੈਂ ਕਰੂੰ। ਅੱਛਾ, ਵੈਰੀ ਗੁੱਡ। ਕਹਿੰਦਾ ਜੇ ਤੇਰੀ 1,00,00,000 ਦੀ ਲਾਟਰੀ ਨਿਕਲਾ ਫਿਰ ਕੀ ਕਰੇਗਾ? ਅਤੇ ਬੰਦਾ ਬੇਹੋਸ਼। ਅਤੇ ਬਾਅਦ ਵਿੱਚ ਲਾਟਰੀ 100 ਦੀ ਨਿਕਲੀ ਸੀ, ਕਿਸੇ ਬੰਦੇ ਦੀ ਇੱਦਾਂ ਹੀ ਲਾਟਰੀ ਨਿਕਲੀ ਅਤੇ ਘਰ ਆ ਕੇ ਉਹਨੇ ਦੱਸਿਆ ਆਪਣੀ ਘਰਵਾਲੀ ਨੂੰ, ਘਰਵਾਲੀ ਦੀਆਂ ਗੱਲਾਂ ਆਪਾਂ ਅੱਜ ਕੱਲ੍ਹ ਖਰੀਦੀਆਂ। ਆਪਣੀ ਵਾਈਫ ਨੇ ਉਹਨੇ ਕਿਹਾ ਕਿ ਭਗਵਾਨ ਨੇ ਜੇ ਮੇਰੀ ਲਾਟਰੀ ਨਿਕਲ ਆਵੇ ਤਾਂ ਤੂੰ ਕੀ ਕਰੇਂਗੀ? ਉਹ ਕਹਿੰਦੀ ਜੀ, ਮੈਂ ਸਿੱਧਾ ਸਿੱਧਾ ਕੰਮ ਕਰੂੰਗੀ ਵੀ ਤੁਹਾਡੇ ਕੋਲ ਅੱਧੇ ਪੈਸੇ ਲੈ ਕੇ ਨਾ ਤੁਹਾਨੂੰ ਛੱਡ ਕੇ ਚਲੀ ਜਾਊਂਗੀ। ਘਰਵਾਲਾ ਸੋਚੀ ਪੈ ਗਿਆ ਵੀ ਅੱਧੇ ਪੈਸੇ ਲੈ ਕੇ ਤਾਂ ਪੱਕੀ ਗੱਲ ਹੈ? ਉਹ ਕਹਿੰਦੀ ਹਾਂ, ਤੁਹਾਡੀ ਲਾਟਰੀ ਨਿਕਲ, ਤੁਹਾਡੇ ਕੋਲ ਅੱਧੇ ਪੈਸੇ ਲੈ ਕੇ ਮੈਂ ਤੁਹਾਨੂੰ ਛੱਡ ਕੇ ਚੱਲ ਦੂੰਗੀ। ਉਹ ਕਹਿੰਦਾ ਵੀ ਠੀਕ ਹੈ, ਆਹ ਲੈ ਚੱਕ 50 ਰੁਪਈਏ, 100 ਰੁਪਏ ਦੀ ਲਾਟਰੀ ਨਿਕਲੀ ਹੈ, 50 ਰੁਪਏ ਚੱਕ ਦਫਾ ਹੋ। ਸੋ ਲਾਟਰੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਬਥੇਰੀਆਂ ਕਰੀ ਦੀਆਂ। ਅਗਲਾ ਸਵਾਲ ਲੈਂਦੇ ਹਾਂ ਹਰਨੀਤ ਕੌਰ ਮਿਸ਼ੀ ਸਾਗਾ ਤੋਂ। ਉਹ ਕਹਿੰਦੇ ਨੇ ਵੀ ਪਹਿਲਾ ਰਿਸ਼ਤੇ ਬੜੇ ਪਵਿੱਤਰ ਹੁੰਦੇ ਸੀ ਅਤੇ ਸੱਚੇ ਵੀ। ਵਾਹ ਜੀ ਵਾਹ, ਕਿਆ ਬਾਤ! ਅੱਜ ਕੱਲ੍ਹ ਇਉਂ ਲੱਗਦਾ ਕਿ ਹਰ ਰਿਸ਼ਤਾ ਜਾਲੀ ਅਤੇ ਫੇਕ ਹੈ। ਰਿਸ਼ਤੇ ਆਪਾਂ ਗੱਲਬਾਤ ਕਰੀ ਦੀ ਹੈ ਵੀ ਫੇਕ ਅਤੇ ਜਾਲੀ, ਪਤਾ ਨਹੀਂ ਕਮਰਸ਼ੀਅਲ ਜਿਹੇ ਹੋ ਗਏ ਸਾਰੇ ਰਿਸ਼ਤੇ ਵੀ ਮੈਨੂੰ ਕਿਸੇ 'ਤੇ ਕੀ ਕੰਮ ਆ, ਉਨਾ ਕੀ ਰਿਸ਼ਤਾ ਹੈ। ਅਗਰ ਅਸੀਂ ਗੱਲ ਕਰੀਏ ਦਫ਼ਤਰਾਂ 'ਚ ਬੰਦੇ ਇਕੱਠੇ ਕੰਮ ਕਰਦੇ ਨੇ, ਬਹੁਤ ਗੂੜਾ ਰਿਸ਼ਤਾ, ਬਹੁਤ ਪਿਆਰ ਮੁਹੱਬਤ ਹੈ, ਬਹੁਤ ਦੋਸਤੀ ਹੈ, ਲੇਕਿਨ ਕੰਮਕਾਰ ਖਤਮ ਹੋ ਜਾਂਦਾ, ਨਾਲ ਨਾਲ ਦੋਸਤੀ ਵੀ ਖਤਮ ਹੋ ਜਾਂਦੀ ਹੈ। ਬਾਕੀ ਰਿਸ਼ਤਿਆਂ ਦੀ ਗੱਲ ਕਰੀਏ ਜੀ, ਇਹ ਤਾਂ ਡਬਲ ਸਟੈਂਡਰਡ ਲਾਈਫ ਅਸੀਂ ਹਰ ਬੰਦਾ ਜੀ ਰਿਹਾ, ਦਿਲ 'ਚ ਕੁਛ ਹੋਰ ਅਤੇ ਮੂੰਹ 'ਤੇ ਕੁਛ ਹੋਰ, ਇਹ 'ਚ ਕੋਈ ਸ਼ੱਕ ਨਹੀਂ। ਫੇਕ ਇਸੇ ਕਰਕੇ ਹੀ ਹੈ, ਜੇ ਆਪਾਂ ਫੋਨ ਕਰਦੇ ਹਾਂ ਇੱਕ ਬੰਦੇ ਨੂੰ, ਕਿਸੇ ਨੂੰ ਪਤਾ ਲੱਗਿਆ ਵੀ ਫਲਾਣੇ ਰਿਸ਼ਤੇਦਾਰ ਦਾ ਮੁੰਡਾ, ਸਕੇ ਰਿਸ਼ਤੇਦਾਰ ਦਾ ਮੁੰਡਾ ਕੋਠੇ ਤੋਂ ਡਿੱਗ ਪਿਆ ਅਤੇ ਉਹਦੀ ਲੱਤ ਟੁੱਟ ਗਈ ਹੈ, ਅਤੇ ਉਹਨੂੰ ਫੋਨ ਪਹਿਲਾਂ ਚੱਕਦਾ ਬੰਦਾ, ਫੋਨ ਕਰਦਾ, ਭਾਈ ਸਾਹਿਬ ਬਹੁਤ ਦੁੱਖ ਹੋਇਆ, ਓਏ ਹੋਏ ਹੋਏ, ਬਹੁਤ ਦੁੱਖ ਹੋਇਆ ਜੀ, ਜਦੋਂ ਦਾ ਪਤਾ ਲੱਗਿਆ ਮੁੰਡਾ ਕੋਠੇ ਤੋਂ ਡਿੱਗ ਪਿਆ, ਲੱਤ ਟੁੱਟ ਗਈ, ਬਾਈ ਗੋਡ, ਮੈਨੂੰ ਤਾਂ ਇੰਨੀ ਟੈਨਸ਼ਨ ਆ, ਮੇਰਾ ਤਾਂ ਖਾਣਾ ਖਾਣ ਨੂੰ ਵੀ ਜਮ੍ਹਾਂ ਹੀ ਚਿੱਤ ਨਹੀਂ ਕਰਦਾ, ਬਾਈ ਗੋਡ, ਮੇਰਾ ਤਾਂ ਮੈਂ ਕਹਿੰਦਾ ਖੂਨ ਸੁੱਕ ਗਿਆ ਜੀ, ਅੱਧਾ ਰਹਿ ਗਿਆ ਖੂਨ, ਜਦੋਂ ਦਾ ਪਤਾ ਲੱਗਿਆ ਵੀ ਵਿਚਾਰਾ ਇਕੱਲਾ ਇਕੱਲਾ ਮੁੰਡਾ, ਉਹਨਾਂ ਬਣੂ ਕੀ? ਚਲੋ ਹਜੇ ਫੋਨ ਕੱਟਦਾ ਹੀ ਹੈ ਅਤੇ ਘਰਵਾਲੀ ਨਾਲ ਦੀ ਨਾਲ ਪੁੱਛਦੀ ਹੈ ਵੀ ਫਲਾਨੀ ਤੁਹਾਡੀ ਭੂਆ ਦੇ ਫਲਾਨੇ ਮੁੰਡੇ ਦਾ ਉਹ ਮੰਗਣੀ ਹੋਈ ਹੈ, ਫੋਨ ਕਰ ਲਿਆ ਸੀ, ਵਧਾਈਆਂ ਦੇ ਦਿੱਤੀਆਂ ਸੀ, ਆਪਣੇ ਕੋਲ ਜ਼ਿਆਦਾ ਹੋਇਆ ਨਹੀਂ। ਉਹ ਹਾਂ ਸੱਚ, ਉਹ ਵੀ ਕਰਨਾ ਸੀ, ਨਾਲ ਨਾਲ ਉਹਨੂੰ ਫੋਨ ਮਿਲਾ ਲਿਆ ਜਿਹਦੀ ਮੰਗਣੀ ਹੁੰਦੀ ਉਹਨਾਂ ਦੇ ਘਰਦਿਆਂ ਨੂੰ। ਵਾਹ ਜੀ ਵਾਹ, ਵਧਾਈਆਂ ਜੀ, ਵਧਾਈਆਂ, ਸਤਿ ਸ਼੍ਰੀ ਅਕਾਲ ਜੀ, ਬਹੁਤ, ਮੈਂ ਕਹਿੰਦਾ ਪਤਾ ਲੱਗਾ ਨਾ ਆ ਨਹੀਂ ਸਾਡੇ ਕੋਲ ਆ ਵੀ ਮੰਗਣੀ ਕਰ ਲਈ ਤੁਸੀਂ ਮੁੰਡੇ ਦੀ, ਬਹੁਤ ਖੁਸ਼ੀ ਹੋਈ, ਮੈਂ ਕਹਿੰਦਾ ਬਹੁਤ ਖੁਸ਼ੀ ਹੋਈ, ਮੈਂ ਤਾਂ ਇੱਥੇ ਪਾਰਟੀਆਂ ਕਰ ਰਿਹਾ, ਯਾਰ ਦੋਸਤ ਬੁਲਾ ਰਿਹਾ ਤੁਹਾਡੇ ਮੁੰਡੇ ਦੀ ਮੰਗਣੀ ਦੀ ਖੁਸ਼ੀ ਵਿੱਚ, ਮੈਂ ਕਹਿੰਦਾ ਮੇਰਾ ਤਾਂ ਪਾਈਆ ਖੂਨ ਵੱਧ ਗਿਆ ਜਦੋਂ ਪਤਾ ਲੱਗਾ। ਸੋ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆਮ ਸ਼ਾਮਿਲ ਹੋ ਗਈਆਂ, ਜਾਂ ਮਜਬੂਰੀ ਕਹਿ ਲਓ ਜਾਂ ਸਮਾਂ ਕਹਿ ਲਓ, ਇਹਨਾਂ ਚੀਜ਼ਾਂ ਤੋਂ ਅਸੀਂ ਪਾਸਾ ਨਹੀਂ ਵੱਟ ਸਕਦੇ। ਠੀਕ ਹੈ ਜੀ, ਚਲੋ ਇੱਕ ਅੱਧਾ ਸਵਾਲ ਹੋਰ ਲੈ ਕੇ ਬ੍ਰੇਕ ਲੈਂਦੀ ਹਾਂ, ਕਿਉਂਕਿ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਅੰਜਾਨ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ। ਅਗਲਾ ਜਿਹੜਾ ਸਵਾਲ ਹੈਗਾ ਜੀ, ਉਹ ਅਰਸ਼ਦ ਮਸੀਹ ਇੰਡੀਆਨਾ ਤੋਂ, ਇਹ ਪੁੱਛਦੇ ਨੇ ਜੀ ਕਿ ਮੇਰੀ ਘਰਵਾਲੀ ਬਹੁਤ ਬਿਮਾਰ ਰਹਿੰਦੀ ਹੈ, ਕਈ ਡਾਕਟਰਾਂ ਨੂੰ ਵੀ ਦਿਖਾਇਆ ਹੈ ਅਤੇ ਸਾਰੇ ਟੈਸਟ ਵੀ ਕਰਾਏ ਹਨ, ਟੈਸਟ ਬਿਲਕੁਲ ਠੀਕ ਆ ਰਹੇ, ਉਹ ਫਿਰ ਵੀ ਬਿਮਾਰ ਹੈ, ਟੈਸਟ ਬਿਲਕੁਲ ਠੀਕ ਆ ਰਹੇ, ਉਹ ਫਿਰ ਵੀ ਬਿਮਾਰ ਹੈ। ਬਿਮਾਰ ਤਾਂ ਮੇਰਾ ਗੱਲ ਥੋੜ੍ਹਾ ਜਿਹਾ ਹੋ ਗਿਆ ਸੀ,
ਇਹਦਾ ਕੀ ਹੱਲ ਹੋ ਸਕਦਾ ਜੀ? ਇਹਦਾ ਪਤਾ ਕਰੋ ਬਿਮਾਰੀ ਹੈ ਕਿਹੜੀ ਬਿਮਾਰੀ, ਇਕੱਲੀ ਇਹ ਨਹੀਂ ਵੀ ਸਰੀਰਕ ਹੁੰਦੀ, ਦਿਮਾਗੀ ਤੌਰ 'ਤੇ ਬਿਮਾਰੀ ਹੋ ਜਾਂਦੀ ਕਈ ਵਾਰੀ। ਸਾਡੇ ਵੀ ਇੱਕ ਇੱਦਾਂ ਦਾ ਚੰਡੀਗੜ੍ਹ ਕੇਸ ਹੋਇਆ ਸੀ, ਲਵ ਮੈਰਿਜ ਉਹਨਾਂ ਦੀ ਹੋਈ ਸੀਗੀ, ਅਤੇ ਉਹ 'ਚ ਕੇਸ ਐਸਾ ਹੋਇਆ ਉਹ ਹੱਡਾ ਠੀਕ ਠੂਕ ਨਾ ਹੋਵੇ, ਤਾਂ ਕਿਸੇ ਸਿਆਣੇ ਨੇ ਦੱਸਿਆ ਵੀ ਕਿ ਸਿਆਣੇ ਜੇ ਡਾਕਟਰ ਨੂੰ ਦਿਖਾਓ, ਸੋ ਤੁਸੀਂ ਵੀ ਇੱਦਾਂ ਦਾ ਸਿਆਣਾ ਡਾਕਟਰ ਲੱਭੋ ਤਾਂ ਤੁਹਾਡੀ ਵਾਈਫ ਠੀਕ ਹੋ ਸਕਦੀ। ਉਹ ਕਹਿੰਦੇ ਵੀ ਸਿਆਣੇ ਡਾਕਟਰ ਨੂੰ ਦਿਖਾਓ, ਕਿਸੇ ਨੇ ਦੱਸਿਆ ਦੋਸਤ ਨੇ ਕੰਨ 'ਚ ਫੂਕ ਮਾਰੀ, ਫਲਾਨਾ ਡਾਕਟਰ ਹੈਗਾ ਜੀ ਉੱਥੇ ਲੈ ਜਾ ਚੰਗਾ ਰਹੇਗਾ। ਉਹ ਉੱਥੇ ਲੈ ਗਿਆ, ਡਾਕਟਰ ਨੇ 15-20 ਮਿੰਟ ਚੈੱਕਅਪ ਕੀਆ, ਸਾਰਾ ਕੀਤਾ ਚੈੱਕਅਪ ਕਰਕੇ, ਅਤੇ ਇੱਕ ਪਰਚੀ ਲਿਖ ਕੇ ਹੱਥ 'ਚ ਫੜਾਤੀ, ਅਤੇ ਜਾ ਬਈ ਆਹ ਲੈ ਕੇ ਆ। ਅਤੇ ਉਹਨੇ ਸੋਚਿਆ ਦਵਾਈਆਂ ਲਿਖੀਆਂ ਹੋਣੀਆਂ, ਅਤੇ ਉਹ ਕੈਮਿਸਟ ਸ਼ੋਪ ਜਿਹੜੀ ਨੇੜੇ ਪੈਂਦੀ ਸੀ ਉਹਦੇ ਵੱਲ ਨੂੰ ਜਾਂਦੇ ਜਾਂਦੇ ਨੇ ਪਰਚੀ ਪੜ੍ਹੀ, ਅਤੇ ਇੱਕਦਮ ਹਿੱਲ ਗਿਆ, ਭੱਜਾ ਭੱਜਾ ਡਾਕਟਰ ਕੋਲ ਵਾਪਸ ਆਇਆ। ਉਹ ਕਹਿੰਦਾ ਡਾਕਟਰ ਸਾਹਿਬ ਇਹ ਕੀ ਲਿਖਤਾ ਤੁਸੀਂ? ਤੁਸੀਂ ਲਿਖੇ 4 ਸੂਟ, ਇੱਕ ਮਟਰ ਮਾਲਾ, ਇੱਕ ਕੰਨਾਂ ਦੇ ਝੁਮਕੇ, ਇੱਕ ਵਧੀਆ ਸਾੜੀ, ਇੱਕ ਪਰਸ, ਇਹ ਕਿਹੜੀ ਦਵਾਈ ਹੋਈ? ਉਹ ਕਹਿੰਦਾ ਵੀ ਇਹਦੀ ਇਹੋ ਹੀ ਦਵਾਈ ਆ। ਅਸਲ 'ਚ ਮੈਂ ਗੱਲਾਂ ਬਾਤਾਂ ਹਿਸਾਬ ਲਾਇਆ ਵੀ ਤੁਹਾਡੀ ਗੁਆਂਢਣ ਨੇ ਕੱਪੜੇ ਕੁੱਪੜੇ ਨਵੇਂ ਲਿਆਂਦੇ ਆ, ਪਰਸ ਪੁਰਸ ਨਵਾਂ ਲੈ ਘੁੰਮਦੀ ਹੋਣੀ ਆ, ਇਹਦੇ ਦਿਲ ਦੇ ਵਿੱਚ ਕੋਈ ਹੋਰ ਬਿਮਾਰੀ ਨਹੀਂ ਹੈ, ਸਿਰਫ ਸਾੜ ਪੈ ਰਿਹਾ। ਇਹ ਸਾੜ ਤਾਂ ਹੀ ਠੰਡਾ ਹੋਣਾ ਜਦੋਂ ਤੂੰ ਇਹਨੂੰ ਇਹੋ ਜਿਹੀਆਂ ਚੀਜ਼ਾਂ ਲਿਆ ਕੇ ਦੇਵੇਂਗਾ। ਸੋ ਭਾਈ ਸਾਹਿਬ ਇਹੋ ਜਿਹਾ ਕਿਸੇ ਡਾਕਟਰ ਨੂੰ ਦਿਖਾਓ ਤਾਂ ਗੱਲਾਂ ਬਾਤਾਂ ਹੋਣਗੀਆਂ। ਫਿਲਹਾਲ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਆਪਾਂ ਕੋਸ਼ਿਸ਼ ਕਰਨੀ ਹੈ ਸਰਦਾਰ ਅਰਜਨ ਸਿੰਘ ਅਣਜਾਣ ਸਾਹਿਬ ਕੁਝ ਮਿੰਟਾਂ ਵਾਸਤੇ ਸਾਡੇ ਨਾਲ ਜੁੜਨ, ਅਤੇ ਉਸ ਤੋਂ ਬਾਅਦ ਵਿਸ਼ੇ ਵੱਲ ਜਾ ਕੇ ਤੁਹਾਡੀਆਂ ਕਾਲਾਂ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਜਿਵੇਂ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਸਰਦਾਰ ਅਰਜਨ ਸਿੰਘ ਜੀ ਅਣਜਾਣ ਸਾਹਿਬ ਜਿਹੜੇ ਕਿ ਸਾਡੇ ਸਭ ਦੇ ਬਹੁਤ ਸਤਿਕਾਰਯੋਗ ਨੇ, ਔਰ ਬੜੀਆਂ ਚੰਗੀਆਂ ਗੱਲਾਂ ਸਾਨੂੰ ਇਹਨਾਂ ਕੋਲ ਸਿੱਖਣ ਨੂੰ ਮਿਲਦੀਆਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ। ਅਣਜਾਣ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਜੀ ਅਣਜਾਣ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਆਉਂਦੇ ਰਹੋ ਤੁਸੀਂ। ਓਕੇ ਜੀ, ਧੰਨਵਾਦ ਜੀ, ਧੰਨਵਾਦ ਕੱਟ ਕਰਕੇ। ਹਾਂਜੀ ਹਾਂਜੀ, ਹੋਰ ਸਿਹਤ ਤਾਂ ਠੀਕ ਨੇ ਜੀ? ਬਸ ਠੀਕ ਹੈ, ਬਾਕੀ ਭਾਵ ਦੀ ਜਿਹੜਾ ਸਮਾਂ ਬੀਤਾ ਆਨੰਦ। ਬਿਲਕੁਲ ਜੀ ਬਿਲਕੁਲ। ਹਾਂਜੀ, ਕੀ ਵਿਚਾਰ ਸਾਂਝੇ ਕਰਨੇ ਚਾਹੁੰਦੇ ਜੀ ਸਾਡੇ ਦਰਸ਼ਕਾਂ ਨਾਲ? ਸਾਡੇ ਵੱਲੋਂ ਆਪ ਨੂੰ ਤੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਨਿਮਰਤਾ ਸਿਹਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲੇ ਆ ਪਰਸੇ ਚੋ ਜਿਹੜੀ ਤੁਸੀਂ ਪੈਣੀ ਸੰਧੂ ਜੀ ਹੁਣਾਂ ਦੇ ਨਾਲ ਹਾਦਸਾ ਹੋਇਆ, ਉਹਦੀ ਹਾਦਸਾ ਉਹਦੀ ਘੋਰ ਨਿੰਦਾ ਕਰਦੇ ਹਾਂ ਜੀ, ਗਲਤ। ਹਾਂਜੀ, ਤੇ ਉਹਨਾਂ ਦੀ ਨੇਕ ਨੀਤੀ ਨੂੰ ਇਹ ਭਲਾ ਹੋਇਆ ਉਹਨਾਂ ਦਾ। ਬਿਲਕੁਲ ਜੀ ਬਿਲਕੁਲ ਜੀ, ਕੁਦਰਤ। ਦੂਸਰਾ ਤੁਸੀਂ ਜਸਵੰਤ ਸਿੰਘ ਕਮਲ ਜੀ ਉਹਨਾਂ ਦਾ ਤੇ ਬੀਬੀ ਟਵਾਣਾ ਜੀ ਦੇ ਵਿਛੋੜੇ ਦਾ ਦੱਸਦੇ ਜੀ, ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ, ਅਰਦਾਸ ਕਰਦੇ, ਦਾਤਾ ਭਾਣਾ ਮੰਨਣ ਦਾ ਬਾਦ ਬਖਸ਼ ਸਾਰਿਆਂ ਨੂੰ। ਤੇ ਜੱਗੀ ਜੀ, ਕਾਂਸੀ ਵਿੱਚ ਅਭੀ ਚ ਨਛੱਤਰ ਪੁਰਬ ਦਾ ਪੁਰਬ ਲੱਗਦਾ ਹੈ ਬਹੁਤ ਵੱਡਾ। ਹਾਂਜੀ, ਕਾਂਸੀ ਦੇ ਵਿੱਚ। ਹਾਂਜੀ, ਅੱਛਾ ਜੀ। ਉੱਥੇ ਲੱਖਾਂ ਨਾਰ ਨਾਰੀਆਂ ਜਾਂਦੇ ਸੀ ਗੰਗਾ ਮਈਆ ਦੇ ਇਸ਼ਨਾਨ। ਜਾਂਦੇ ਸੀ ਜਾਂ ਹੁਣ ਵੀ ਜਾਂਦੇ ਹੋਣਗੇ? ਜਾਂਦੇ ਹੋਣਗੇ, ਹੁਣ ਵੀ ਜਾਂਦੇ ਹੋਣਗੇ, ਪਰ ਅੱਗੇ ਜਾਂਦੇ ਜਦੋਂ ਗਏ ਤੇ ਉਹਨਾਂ ਦੀ ਗੱਲ ਹੈ। ਠੀਕ ਹੈ ਜੀ। ਤੇ ਉੱਥੇ ਗੰਗਾ ਮਈਆ ਦੇ ਇਹ ਹਰ ਦੇਸ਼ ਦੇ ਹਰ ਹਿੱਸੇ ਚੋਂ ਲੱਖਾਂ ਛੱਡਿਆ, ਕਰੋੜਾਂ ਵੀ ਕਹਿ ਦਈਏ ਤੇ ਕੋਈ ਘੱਟ ਨਹੀਂ ਕਰਦੇ। ਬਿਲਕੁਲ ਹਾਂਜੀ। ਉੱਥੇ ਸੰਗਤ ਜਾਂਦਿਆਂ ਦੇ ਪੰਡਿਤ ਸਾਹਿਬ ਦੇ ਇੱਕ ਦਾ ਜੋੜਾ ਟੁੱਟ ਗਿਆ। ਅੱਛਾ ਜੀ। ਜੋ ਜੋੜਾ ਟੁੱਟ ਗਿਆ ਤੇ ਉਹ ਗਡਾਉਣਾ ਸੀ, ਤੇ ਗਡਾਉਣ ਵਾਸਤੇ ਰੱਬ ਦੇ ਪਿਆਰੇ ਭਗਤ ਰਵਿਦਾਸ ਜੀ ਟੱਕਰੇ। ਅੱਛਾ ਜੀ। ਹੁਣ ਉਹ ਜੋੜਾ ਵੀ ਕਢਾਉਣਾ ਸੀ ਤੇ ਮੋਹਰੇ ਸ਼ੂਦ ਸਾਧਾ ਵੀ ਆ ਵੀ ਪਿੱਟ ਵੀ ਹੁੰਦੇ ਆ। ਅੱਛਾ ਜੀ। ਚਲੇ ਗਏ ਜੋੜਾ ਲਾ ਕੇ, ਲਾਗੇ ਹੋ ਕੇ ਨਹੀਂ ਫੜਾਇਆ, ਪਿੱਛੇ ਸਿੱਟ ਦਿੱਤਾ ਵੀ ਜੋੜਾ ਗੰਢ ਕੇ ਦਿਓ। ਅੱਛਾ ਜੀ। ਭਗਤ ਜੀ ਨੇ ਬੜਾ ਸਤਿਕਾਰ ਨਾਲ ਫੜ ਕੇ ਦੋ ਹੱਥਾਂ ਨਾਲ ਜੋੜਾ ਪ੍ਰੇਮ ਨਾਲ ਗੰਢਿਆ, ਗੰਢ ਕੇ ਜੋੜਾ ਤੇ ਲਓ ਜੀ ਵਾਪਸ ਕਰ ਦਿੱਤਾ ਜੀ। ਜੋ ਵਾਪਸ ਕਰ ਦਿੱਤਾ ਤੇ ਫੇਰ ਪੰਡਿਤ ਵਿਦਵਾਨ ਪੁੱਛਦੇ ਪੁਰੋਹਿਤ ਜੀ ਵੀ ਪੈਸੇ ਕਿੰਨੇ ਆ? ਭਗਤ ਜੀ ਕਹਿੰਦੇ ਵੀ ਪੈਸੇ ਨਹੀਂ ਲੈਣੇ। ਅੱਛਾ ਜੀ। ਤੁਸੀਂ ਗੰਗਾ ਮਈਆ ਦੇ ਇਸ਼ਨਾਨ ਕਰਨ ਜਾ ਰਹੇ ਆ, ਪੈਸੇ ਨਹੀਂ ਲੈਣੇ ਤੁਹਾਡੇ ਤੋਂ। ਅੱਛਾ ਜੀ।
ਪਰ ਇੱਕ ਕੰਮ ਕਹਿੰਦੇ ਸਾਡਾ ਵੀ ਕਰੇ ਉਹ ਤੀਜੇ ਤੇ ਗੰਗਾ ਮਈਆ ਵਾਸਤੇ ਜੀ। ਕਹਿੰਦੇ ਦੱਸੋ ਉਹਨਾਂ ਇੱਕ ਪੈਸਾ ਕੱਢ ਕੇ ਉਹ ਕਸੀਰਾ ਲਿਖਿਆ ਤੇ ਅਸਬ ਕਸੀਰਾ ਦਿੱਤਾ ਵੀ ਆ ਸਾਡਾ ਕਸੀਰਾ ਜਿੱਥੇ ਆਪਦੀ ਭੇਟ ਰੱਖਦੇ ਨੀ ਸਾਡਾ ਵੀ ਗੰਗਾ ਮਈਆ ਨੂੰ ਭੇਟਾ ਦੇ ਦਿਓ ਕਸੀਰਾ ਕਸੀਰਾ ਜੀ। ਪਰ ਕਹਿੰਦੇ ਵੀ ਏਦਾਂ ਕਰਨੀ ਆ ਪੰਡਿਤ ਜੀ ਵੀ ਏਦਾਂ ਕਰਕੇ ਸੁੱਟਣਾ ਨਹੀਂ ਹੈਗਾ, ਬੜੇ ਸਤਿਕਾਰ ਨਾਲ ਕਹਿਣਾ ਵਾ ਗੰਗਾ ਮਾਇਆ ਜੀ ਜੀ ਰਵਿਦਾਸ ਦਾ ਕਸੀਰਾ ਆ, ਉਹ ਕਹਿੰਦੇ ਸੀ ਵੀ ਇਹ ਹੱਥ ਕੱਢ ਕੇ ਲੈਣ ਤੇ ਫੇਰ ਫੜਾਉਣਾ ਵਾ। ਅੱਛਾ ਜੀ। ਹੁਣ ਜਦੋਂ ਕਸੀਰਾ ਲਿਆ ਉਦੋਂ ਵੀ ਬਈ ਉੱਥੇ ਆ ਜਾ ਰਹੀ ਸਮਾਗੀ ਇਹਨਾਂ ਦਾ ਪੈਸਾ ਵੱਡੇ ਭਗ ਸੇਵਾਦਾਰ ਦਾ ਬਾਂਹ ਕੱਢ ਕੇ ਲਓਗੇ ਇਹ ਕਿੱਦਾਂ ਹੋ ਜਾਏ ਜੀ। ਪਰ ਲੈਣਾ ਪਿਆ ਜਾਣਾ ਸੀ ਲੈ ਗਏ ਉੱਥੇ ਸਾਰਾ ਭੀੜ ਦਾ ਮੇਲਾ ਉਹਨਾਂ ਦੇਖਿਆ ਤੇ ਜਦੋਂ ਮੁੜੇ ਤੇ ਉਦੋਂ ਪਹਿਲਾਂ ਤੇ ਤੁਰ ਪਏ ਫਿਰ ਚੇਤਾ ਆਇਆ ਵੀ ਰਵਿਦਾਸ ਨੇ ਕਸੀਰਾ ਦਿੱਤਾ ਸੀ ਉਹ ਵੀ ਭੇਟਾ ਦੇਣੀ ਕਿ ਵਾਪਸ ਲਿਜਾਣੀ ਨੀ। ਪਿੱਛੇ ਮੁੜ ਕੇ ਫਿਰ ਜਿੱਦਾਂ ਭਗਤ ਜੀ ਨੇ ਕਿਹਾ ਸੀ ਉਹਦਾ ਕੱਢ ਕੇ ਜੇਬ ਚੋਂ ਤੇ ਕਹਿੰਦੇ ਗੰਗਾ ਮਈਆ ਜੀ ਰਵਿਦਾਸ ਦਾ ਕਸੀਰਾ ਵਾ ਤੇ ਉਹ ਕਹਿੰਦੇ ਸੀ ਵੀ ਉਹਨਾਂ ਨੂੰ ਕਿਉਂ ਬਾਂਗ ਹੱਥ ਕੱਢ ਕੇ ਕਸੀਰਾ ਲੈਣ। ਅੱਛਾ ਜੀ। ਜਦੋਂ ਉਹਨਾਂ ਇਹ ਕਿਹਾ ਤੇ ਇਹ ਪ੍ਰਤੱਖ ਉੱਥੇ ਸਬੂਤ ਹੋਇਆ ਵੀ ਗੰਗਾ ਮਈਆ ਨੇ ਸੰਪੂਰਨ ਹੱਥ ਕੱਢਿਆ ਬਾਹਰ ਕੰਗਣਾ ਪਾਇਆ ਹੋਇਆ। ਅੱਛਾ ਜੀ। ਕਸੀਰਾ ਬੜੇ ਸਤਿਕਾਰ ਨਾਲ ਲਿਆ ਵੀ ਲਿਆਓ ਜੀ। ਹੁਣ ਦੇਤਾ ਪੰਡਿਤ ਨੇ ਕਸੀਰਾ ਤੇ ਨਾਲੇ ਹੈਰਾਨ ਵੀ ਕਸੀਰਾ ਉਹ ਲੈ ਲਿਆ ਤੇ ਗੰਗਾ ਮਈਆ ਨੇ ਇਤਿਹਾਸ ਕਹਿੰਦੇ ਵੀ ਇੱਕ ਕੰਗਣ ਦਿੱਤਾ ਕੋਲੋਂ ਵੀ ਇਹ ਸਾਡੇ ਭਗਤ ਦੀ ਸੇਵਾ ਹੈ। ਅੱਛਾ ਜੀ। ਹੁਣ ਉੱਥੋਂ ਹੁਣ ਉਹ ਕੰਗਣ ਲੈ ਕੇ ਤੇ ਵਾਪਸ ਮੁੜ ਪਏ। ਹੁਣ ਤੁਰੇ ਆਉਂਦੇ ਦੇਣਾ ਤੇ ਉਹ ਭਗਤ ਨੂੰ ਸੀਗਾ ਕੰਗਣ ਤੇ ਉਹ ਆਪਦਾ ਮਨ ਬਦਲ ਗਿਆ। ਅੱਛਾ ਜੀ। ਪਾਤਸ਼ਾਹ ਨੇ ਉਹ ਕੇ ਘਰ ਚਲੇ ਗਏ ਲੰਘ ਜਾ ਕੇ ਘਰ ਵਾਲੀ ਭਾਗਾਂ ਵਾਲੀ ਨੂੰ ਦੇਤਾ ਤੇ ਨਾਲੇ ਕਿਹਾ ਵੀ ਦੱਸਣਾ ਨੀ ਕਿਸੇ ਨੂੰ ਪਾ ਦਾ। ਹੁਣ ਉਹ ਕਸੀਰਾ ਹੀ ਇੰਨਾ ਸੋਹਣਾ ਸੀ ਵੀ ਉਹ ਦੇਖ ਕੇ ਜਰ ਨਹੀਂ ਸੀ ਹੁੰਦਾ ਕੰਗਣ ਇੰਨਾ ਸੋਹਣਾ ਸੀ। ਹਾਂ ਤੇ ਉਹ ਤੇ ਉਹਨੇ ਤੇ ਲਾਗੇ ਬੰਨੇ ਸਾਰੇ ਨੂੰ ਸਾਡਾ ਰੌਲਾ ਪਾਤਾ ਤੇ ਉਹ ਕਸੀਰਾ ਦੇਖਣ ਦੀ ਇੱਕ ਹਵਾ ਚੱਲ ਪਈ। ਹਾਂਜੀ। ਉਹ ਗੱਲ ਰਾਜ ਦਰਬਾਰ ਚ ਚਲੇ ਗਈ ਰਾਣੀ ਕੋ। ਰਾਣੀ ਨੇ ਤਲਬ ਕਰ ਲਿਆ ਵੀ ਉਹਨੂੰ ਲਿਆਓ ਜਦ ਉਹ ਭਗਤ ਨੀ ਲਗਾਇਆ ਤੇ ਉਹਨੂੰ ਉਹ ਕਹਿੰਦੇ ਵੀ ਉਹ ਤੇ ਕੁਛ ਕਰ ਲਿਆ ਵੀ ਰਾਣੀ ਕੋ ਜਿਹੜਾ ਭਗਤ ਨੀ ਕੋ ਕਸੀਰਾ ਉਹ ਤੁਹਾਡੇ ਰਾਣੀ ਜੀ ਪਹਿਨਣ ਵਾਲਾ ਵਾ ਤੇ ਜੋ ਲਗਾਇਆ ਮੰਗਾਇਆ ਤੇ ਉਹ ਕਸੀਰਾ ਪੇ ਉਹਨੂੰ ਦੇਣਾ ਪਿਆ ਤੇ ਰਾਣੀ ਨੇ ਲੈ ਲਿਆ। ਹੁਣ ਰਾਣੀ ਨੇ ਵੀ ਚਾਅ ਨਾ ਬੜਾ ਪਾਇਆ ਤੇ ਉਹ ਵੀ ਇੱਕ ਹੱਥ ਨਾਲ ਦੇਖਦੀ ਵੀ ਆ ਕਸੀਰਾ ਕੰਗਣਾ ਦੂਜਿਆਂ ਨਾਲ ਤੇ ਕਿਤੇ ਵਧੀਆ। ਕੁਛ ਦਿਨ ਪਾ ਕੇ ਉਹਨੇ ਰਾਜੇ ਨੂੰ ਸਵਾਲ ਕਰ ਦਿੱਤਾ ਚਾਹੀਦਾ ਮਹਾਰਾਜਾ ਮੇਰਾ ਇੱਕ ਹੱਥ ਇਹਦੇ ਨਾਲ ਦਾ ਕੰਗਣਾ ਉਹ ਵੀ ਚਾਹੀਦਾ ਉਹ ਹੱਥ ਬਰਾਬਰ ਸੱਜਦਾ ਨੀ ਮੇਰਾ ਜੀ। ਹੁਣ ਰਾਜੇ ਨੇ ਫਿਰ ਵੀ ਇਹ ਕੰਗਣਾ ਕਿੱਥੋਂ ਲਿਆਓ ਤੇ ਜਦੋਂ ਉਹ ਫਿਰ ਪੁੱਛਿਆ ਤੇ ਹਾਂ ਉਹ ਰਾਜੇ ਨੇ ਸਾਰੇ ਸ਼ਹਿਰ ਚ ਉਹ ਕੰਗਣਾ ਦਿੱਤਾ ਸਾਰੇ ਜੌਹਰੀਆਂ ਨੂੰ। ਅੱਛਾ ਜੀ। ਨਾਲ ਦਾ ਬਣਾਓ ਬਈ ਇਹਦੇ ਨਾਲ ਦਾ ਬਣਾ ਕੇ ਦਿਓ। ਕਿਸੇ ਜੌਹਰੀਏ ਨੇ ਹਾਂ ਨੀ ਕੀਤੀ ਉਹ ਕਹਿੰਦੇ ਵੀ ਇਹਦੇ ਨਾਲ ਦਾ ਤੇ ਬਣ ਹੀ ਨੀ ਸਕਦਾ ਇਹ ਤੇ ਦੇਖਣ ਨੂੰ ਇਹਨਾਂ ਸੁਣਨ ਦਾ ਤੇ ਬਣਨਾ ਕੀ। ਗੱਲ ਫਿਰ ਉੱਥੇ ਪੰਡਿਤ ਜੀ ਇੱਥੇ ਆ ਗਈ ਜਦੋਂ ਸੱਦ ਲਿਆ ਪੰਡਿਤ ਉਹਨਾਂ ਨੂੰ ਵੀ ਇਹਦੇ ਨਾਲ ਦਾ ਕਸੀਰਾ ਜਿੱਥੋਂ ਬਣਾਇਆ ਗਏ ਉਥੋਂ ਬਣਾ ਕੇ ਦਿਓ ਤੇ ਮਾਇਆ ਜਿੰਨੀ ਮਰਜ਼ੀ ਲੱਗ ਜੇ। ਅੱਛਾ ਜੀ। ਤੇ ਹੁਣ ਪੰਡਿਤ ਉਹਨਾਂ ਨੂੰ ਪੈ ਗਿਆ ਫਿਕਰ ਵੀ ਹੁਣੇ ਕਸੀਰਾ ਉਥੋਂ ਮੈਂ ਕਿੱਥੇ ਲਿਆਵਾਂਗਾ। ਸਮਾਂ ਦੇਤਾ ਵੀ ਇੰਨੇ ਸਮੇਂ ਚ ਕਸੀਰਾ ਬਣਾ ਕੇ ਦਿਓ ਨਹੀਂ ਬਣਾ ਕੇ ਦਿੰਦੇ ਤੇ ਫਿਰ ਤੁਹਾਨੂੰ ਧੋਖ ਦੇ ਕੇਸ ਵਿੱਚ ਤੁਹਾਨੂੰ ਕਤਲ ਕੀਤਾ ਜਾਊਗਾ। ਪੰਡਿਤ ਹੋਣਾ ਤੇ ਫਿਰ ਨਿਕਲੀ ਪੈਰਾਂ ਦੀ ਮਿੱਟੀ ਤੇ ਪਈ। ਹੁਣ ਗੰਗਾ ਮਈਆ ਕੋ ਕਿੱਥੇ ਜਾਣੇ ਪਏ ਅੱਗੇ ਦੇ ਪਾਸਾ ਵੱਟ ਕੇ ਨਗਦੇ ਹੁਣ ਸਿੱਧੇ ਭਗਤ ਦੇ
ਪਹਿਲਾਂ ਤੇ ਜੁੱਤੀ ਉਡਾਉਣ ਲੱਗੇ, ਪਛਾਹ ਜੋੜਾ ਸਿੱਟ ਦਿੱਤਾ। ਹੁਣ ਜਦੋਂ ਗਏ ਆ ਤੇ ਦੂਰੋਂ ਜਾ ਕੇ ਹੱਥ ਜੋੜ ਕੇ ਚਰਨਾਂ ਤੇ ਢਹਿ ਕੇ ਸੀਸ ਰੱਖ ਕੇ ਤਰਲੇ ਕਰਨ ਲੱਗੇ। ਅੱਛਾ ਜੀ, ਸਾਰੀ ਵਿਆਖਿਆ ਦੱਸੀ ਵੀ ਆਹ ਗੱਲ ਹੋਈ ਏਦਾਂ, ਭਗਤ ਜੀ ਮੈਂ ਤੁਹਾਡੇ ਨਾਲ ਧੋਖਾ ਕੀਤਾ। ਤੇ ਰਾਜੇ ਨੇ ਕਸੀਰਾ ਮੰਗ ਲਿਆ, ਮੇਰੇ ਤੋਂ ਹੁਣ ਹੁੰਦਾ ਨੀ, ਜੇ ਤੁਸੀਂ ਮੈਨੂੰ ਬਚਾ ਸਕਦੇ ਮੇਰਾ ਟੱਬਰ ਵੀ ਬਚਾ ਸਕਦੇ ਆ ਤੇ ਤੁਸੀਂ ਬਚਾ ਸਕਦੇ ਆ। ਜਦੋਂ ਤਰਲੇ ਸੁਣ ਕੇ ਫਿਰ ਭਗਤ ਜੀ ਕਹਿੰਦੇ, ਭਗਤਾ ਪੰਡਿਤ ਜੀ ਹੁਣ ਤੁਸੀਂ ਟਿਕਾਣੇ ਆ ਗਏ ਆ, ਹੁਣ ਤੁਸੀਂ ਸੱਚ ਬੋਲਤਾ ਆ, ਉੱਠ ਕੇ ਬੈਠੋ ਜਰਾ। ਤੇ ਨਾਲੇ ਕਹਿੰਦੇ ਜਿੱਥੇ ਉਹ ਕੂੰਡਾ ਉਹਨਾਂ ਦਾ ਉਹ ਪਾਣੀ ਲੈਂਦੇ ਹੁੰਦੇ ਸੀ, ਉਹ ਕਹਿੰਦੇ ਆ ਕੂੰਡੇ ਚ ਨਿਗਾਹ ਮਾਰੋ। ਅੱਛਾ ਜੀ, ਕਹਿੰਦੇ ਜੇ ਤੁਸੀਂ ਆ ਗਏ ਆ ਤੇ ਗੰਗਾ ਮਈਆ ਵੀ ਆ ਗਈ ਆ। ਅੱਛਾ ਜੀ, ਧਿਆਨ ਮਾਰੋ, ਕਹਿੰਦਾ ਇਹਦੇ ਵਿੱਚ ਕੰਗਣ ਕਿੰਨੇ ਆ ਤੇ ਜੇ ਜਿੱਦਾਂ ਦਾ ਤੁਹਾਨੂੰ ਕੰਗਣ ਚਾਹੀਦਾ ਉਦਾਂ ਦਾ ਚੱਕ ਲਓ, ਚੱਕਿਓ ਇੱਕ ਹੀ, ਪਰ ਅੱਗੇ ਲਾਲਚ ਨਾ ਕਰਿਓ। ਵਾਹ ਜੀ ਵਾਹ ਜੀ। ਹੁਣ ਜਦੋਂ ਦੇਖਿਆ ਤੇ ਉਹਦੇ ਵਿੱਚ ਵੀ ਕਿੰਨੇ ਕੁ ਕੰਗਣ ਆ, ਤੇ ਫੇਰ ਪੰਡਿਤ ਜੀ ਦਾ ਸਿਰ ਕਿੱਥੇ ਤਾਂ ਉੱਠੇ। ਉਹ ਕਹਿੰਦੇ ਫੇਰ ਆਪਦੇ ਇੱਕ ਕੰਗਣ ਚੱਕ ਲਾ। ਉਹ ਕੰਗਣ ਚੱਕਿਆ, ਨਾਲੇ ਭਗਤਾਂ ਦੇ ਭਗਤ ਰਵਿਦਾਸ ਜੀ ਦੇ ਚਰਨੀ ਪੈ ਪੈ ਕੇ ਤਰਲੇ ਬਖਸ਼ਾਏ, ਤੇ ਫੇਰ ਕੰਗਣ ਉਹ ਰਾਜੇ ਕੋ ਗਿਆ, ਤੇ ਫੇਰ ਉਹਦੀ ਜਾਨ ਮੁਕਤੀ ਹੋਈ। ਤੇ ਫੇਰ ਰਾਜ ਦੇ ਦਰਬਾਰ ਚ ਵੀ ਇਸ ਗੱਲ ਦੀ ਚਰਚਾ ਚੱਲ ਜੀ, ਰਾਜੇ ਵੱਲੋਂ ਵੀ ਭਗਤ ਦੀ ਸਵਾਗਤ ਕੀਤਾ ਗਿਆ, ਭਗਤ ਜੀ ਦਾ ਸਾਰੀ ਕਾਂਸੀ ਚ ਭਗਤ ਭਗਤ ਵੱਜਿਆ, ਜਿਹਦੇ ਵਿੱਚ ਭਗਤ ਭਾਈ ਗੁਰਦਾਸ ਜੀ ਦੀ ਵਾਰ ਲਿਖਿਆ ਉਹਨਾਂ ਨੇ, ਭਗਤ ਭਗਤ ਜੱਗ ਵੱਜਿਆ, ਚੋਂ ਜੱਗਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਮਾਹ ਵਿੱਚ ਕੁੱਲਾਂ ਧਰਮ ਢੋਏ ਢੋਰ ਸਮੇਟਾ, ਲੱਗਾ ਪੁਰਸ਼ ਭੀਸ਼ ਦਾ ਡਿੱਠਾ ਚਲਤ ਅਚਰਜਾ ਮੇਟਾ, ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜੋ ਤਾਣਾ ਪੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਵਾਹ ਜੀ ਵਾਹ ਜੀ, ਬਹੁਤ ਵਧੀਆ ਜੀ। ਤੇ ਧੰਨ ਧੰਨ ਉਹਨਾਂ ਦੀ ਕਮਾਈ ਨੂੰ, ਤੇ ਧੰਨ ਧੰਨ ਉਹਨਾਂ ਦੀ ਸੱਚਾਈ ਨੂੰ, ਤੇ ਧੰਨ ਉਹ ਤੁਸੀਂ ਸੁਣਨ ਵਾਲੇ ਤੇ ਸਾਨੂੰ ਜਿਹੜਾ ਰਵਿਦਾਸ ਜੀ ਨੇ ਭੇਜਿਆ ਸੀ ਇੱਕ ਪੈਸਾ, ਉਹ ਵੀ ਕਸੀਰਾ ਸੀ ਜਿਹੜਾ ਕੰਗਣੇ ਤੋਂ। ਕਸੀਰਾ ਦਾ ਕੋਈ ਹੋਰ ਮਤਲਬ ਜ਼ਰੂਰ ਹੋਏਗਾ ਸਾਡੇ ਦਰਸ਼ਕਾਂ ਨੂੰ ਪਤਾ ਹੈ ਤਾਂ ਜ਼ਰੂਰ ਦੱਸਿਓ। ਵੈਸੇ ਵੀ ਅਗਰ ਭਗਤ ਰਵਿਦਾਸ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਦਿਹਾੜਾ ਵੀ ਆ ਰਿਹਾ 9 ਫਰਵਰੀ ਨੂੰ ਹੁੰਦਾ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਬਹੁਤ ਉਤਸ਼ਾਹ ਨਾਲ ਧੂਮਧਾਮ ਦੇ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਸੋ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਿਸ਼ੇ ਵੱਲ ਜਾ ਕੇ ਤੁਹਾਡੀਆਂ ਕਾਲਾਂ ਲਵਾਂਗੇ। ਤੁਸੀਂ ਜਦ ਤੱਕ ਨੰਬਰ ਡਾਇਲ ਕਰ ਲਓ, ਮੈਂ ਬ੍ਰੇਕ ਲੈ ਲੈਣਾ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਵਿਸ਼ੇ ਵੱਲ ਚੱਲ ਕੇ ਫਟਾਫਟ ਤੁਹਾਡੀਆਂ ਕਾਲਾਂ ਵੱਲ ਚੱਲਾਂਗੇ। ਗੱਲ ਕਰੀਏ ਬਾਹਰਲੇ ਮੁਲਕਾਂ ਵਿੱਚ ਆਉਣ ਦਾ ਜਿਹੜਾ ਤਰੀਕਾ, ਕਈ ਵਾਰੀ ਆਪਾਂ ਸਾਂਝਾ ਕੀਤਾ ਪਰ ਇੱਕ ਅੰਕੜੇ ਨਵੇਂ ਸਾਹਮਣੇ ਆਏ ਆ, ਉਹ ਤੁਹਾਡੇ ਨਾਲ ਡਿਸਕਸ ਕਰਨੇ ਆ। ਪਹਿਲਾਂ ਕਹਿੰਦੇ ਵੀ ਜਦੋਂ ਵਿਆਹ ਹੁੰਦੇ ਸੀ ਪਿੰਡਾਂ ਦੇ ਵਿੱਚ, ਬਾਹਰ ਬੂਹਰ ਦਾ ਘੱਟ ਰਿਵਾਜ਼ ਹੁੰਦਾ ਸੀ, ਤਾਂ ਉਦੋਂ ਦੇਖਦੇ ਸੀ ਘਰ ਦੇ ਵੀ, ਦੇਖੋ ਜੀ ਮੁੰਡਾ ਕੋਈ ਦੇਖੋ ਜਿਹਦੀ ਚੰਗੀ ਜ਼ਮੀਨ ਜਾਇਦਾਦ ਹੋਵੇ, ਕੁੜੀ ਕੋਈ ਦੇਖੋ ਜਿਹੜੀ ਚੰਗੀ ਸੁਗੜ ਸਿਆਣੀ ਹੋਵੇ। ਅਤੇ ਇਹ ਉਦੋਂ ਮੰਗ ਹੁੰਦੀ ਤਕਰੀਬਨ, ਜਾਂ ਕੋਸ਼ਿਸ਼ ਇਹ ਹੁੰਦੀ ਸੀ। ਫਿਰ ਉਦੋਂ ਬਾਅਦ ਇੱਕ ਰਿਵਾਜ਼ ਚੱਲਿਆ, ਇਹ ਮੇਰੇ ਖਿਆਲ 8-10 ਸਾਲ ਪਹਿਲਾਂ ਦਾ ਹੀ ਹੈਗਾ, ਬਾਹਲਾ ਲੰਬਾ ਚੌੜਾ ਨਹੀਂ ਹੈਗਾ। ਰਿਵਾਜ਼ ਚੱਲਿਆ ਜੀ, ਘਰ ਦੇ ਇਹ ਜਾਂਦੇ ਸੀਗੇ ਜਾਂ ਮੈਰਿਜ ਬਿਊਰੋ ਵਾਲਾ ਕੋਲ ਜਾਂ ਰਿਸ਼ਤੇਦਾਰਾਂ ਕੋਲ, ਵੀ ਮੁੰਡਾ ਲੱਭੋ ਜੀ ਕੋਈ ਜਿਹਦੇ 6 ਬੈਂਡ ਹੋਣ, ਕੁੜੀ ਲੱਭੋ ਜੀ ਜਿਹਦੇ ਕੋਈ 6 ਬੈਂਡ ਹੋਣ। ਫਿਰ ਆ ਬੈਂਡਾਂ ਵਾਲੇ, ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਵੀ ਇਹ ਬੈਂਡ ਕੀ ਹੁੰਦੇ। ਮੈਂ ਕਿਹਾ ਸ਼ਾਇਦ ਕੋਈ ਜਿਹੜੇ ਬੈਂਡ ਵਾਜੇ ਵਾਲੇ ਹੁੰਦੇ ਉਹੋ ਜਿਹਾ ਕੋਈ ਹਿਸਾਬ ਕਿਤਾਬ ਹੋਣਾ ਵੀ 6 ਹੁੰਦੇ ਉਹ ਵੀ ਪਿੰਡਾਂ ਦੇ ਵਿੱਚ, ਪਰ ਨਹੀਂ, ਅਸਲ ਦੇ ਵਿੱਚ ਉਹ ਸੀਗਾ ਆਈਲੈਟਸ ਜਿਹੜਾ ਇੱਕ ਚੱਲਿਆ ਰਿਵਾਜ਼, ਇੱਕ ਤਰੀਕਾ।
ਬਾਹਰਲੇ ਮੁਲਕਾਂ ਦੇ ਵਿੱਚ ਆਉਣ ਦਾ, ਖਾਸ ਤੌਰ 'ਤੇ ਕਨੇਡਾ ਦੀ ਜੇ ਗੱਲ ਕਰੀਏ, ਪਹਿਲਾਂ ਕਨੇਡਾ ਦਾ ਸੀ ਅਤੇ ਮੁੜ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਪਾਸੇ ਸ਼ਿਫਟ ਹੋ ਗਿਆ। ਇਹ ਇੱਕ ਤਰੀਕਾ ਐਸਾ ਲੱਭਾ, ਵੈਸੇ ਤਾਂ ਪੰਜਾਬੀਆਂ ਨੂੰ ਕੋਈ ਵੀ ਤਰੀਕਾ ਲੱਭੇ ਬਾਹਰ ਆਉਣ ਦਾ ਉਹ ਤਾਂ ਧੂੰਆਂ ਕੱਢ ਦਿੰਦੇ ਆ। ਐਸਾ ਲੱਭਾ ਕਿ ਕਨੇਡਾ ਵਾਲਿਆਂ ਨੇ ਬਹੁਤ ਸਖਤੀ ਕਰਤੀ ਆਈਲੈਟਸ ਵਾਲਿਆਂ 'ਤੇ ਆਪਦੇ ਦੇਸ਼ ਦੇ ਵਿੱਚ ਆਉਣ ਦੀ। ਪਰ ਮੈਂ ਜਿਹੜੀ ਤੁਹਾਡਾ ਗੱਲ ਸਾਂਝੀ ਕਰਨੀ ਆ ਉਹ ਪੰਜਾਬ ਬਾਰੇ ਸੋਚਣ ਨੂੰ ਮਜਬੂਰ ਕਰਦੀ ਆ। ਬ੍ਰਿਟਿਸ਼ ਕੌਂਸਲ ਅਤੇ IDP ਸੰਸਥਾ ਜਿਹੜੀ ਹੈਗੀ ਆ ਆਈਲੈਟਸ ਨਾਲ ਸੰਬੰਧਿਤ ਹੈ, ਉਹਨਾਂ ਨੇ ਅੰਕੜੇ ਜ਼ਾਹਿਰ ਕੀਤੇ ਆ ਕਿ ਹਰ ਸਾਲ ਪੰਜਾਬ ਦੇ ਵਿੱਚੋਂ, ਸਿਰਫ ਪੰਜਾਬ ਦੇ ਵਿੱਚੋਂ, ਨੋਟ ਫਰੋਮ ਇੰਡੀਆ, ਇਕੱਲੇ ਪੰਜਾਬ ਦੇ ਵਿੱਚੋਂ 336,000 ਨੌਜਵਾਨ ਮੁੰਡੇ ਕੁੜੀਆਂ ਆਈਲੈਟਸ ਦੀ ਪ੍ਰੀਖਿਆ ਵਿੱਚ ਬੈਠਦੇ ਨੇ। 336,000 ਦੀ ਜੇ ਐਵਰੇਜ ਲਾਈਏ ਤਾਂ ਲਗਭਗ ਕਹਿੰਦੇ ਵੀ 900 ਕੁ ਬੱਚਾ ਬਣਦਾ ਰੋਜ਼ ਦਾ। 900 ਬੱਚਾ ਪੰਜਾਬ ਦਾ ਰੋਜ਼ ਆਈਲੈਟਸ ਦੇ ਪੇਪਰ ਦਿੰਦਾ ਹੈ। ਅਤੇ 900 ਦੀ ਗੱਲ ਕਰੀਏ ਤਾਂ 900 ਦਾ ਕਹਿੰਦੇ ਵੀ 12,600 ਰੁਪਈਆ ਲੈਂਦੇ ਨੇ ਆਈਲੈਟਸ ਵਾਲੇ, 12,600 ਰੁਪਈਆ ਆਈਲੈਟਸ ਕਰਵਾਉਣ ਦਾ, ਕਲੀਅਰ ਕਰਵਾਉਣ ਦਾ, ਉਹ 3 ਜਿਹੜੇ ਲੈਂਗੁਏਜ ਬੋਲਣ ਦਾ ਹੁੰਦਾ, ਲਿਖਣ ਦਾ, ਤਾਂ ਸਾਰਾ। ਅਤੇ 12,600 ਨੂੰ ਜੇ 900 ਨਾਲ ਗੁਣਾ ਕਰੀਏ ਤਾਂ ਲਗਭਗ ਇਹ 425 ਕਰੋੜ ਸਾਲ ਦਾ ਬਣ ਜਾਂਦਾ। 336,000 ਨੂੰ 12,600 ਨੂੰ ਗੁਣਾ ਕਰੀਏ ਤਾਂ 425 ਕਰੋੜ। ਊਂ ਇੱਥੇ ਹੀ ਬਸ ਨਹੀਂ ਹੈਗੀ, ਕਹਿੰਦੇ ਵੀ ਲਾ ਪਾ ਕੇ ਤਾਂ ਜਦੋਂ ਬੰਦਾ ਪਹਿਲੀ ਇੱਕ ਵਾਰੀ ਦੇਣ 'ਚ, ਪੇਪਰ ਦੇਣ 'ਚ ਇੱਕ ਵਾਰੀ, ਇਹ ਬਾਕੀ ਤਾਂ ਕਈ ਤਾਂ ਵਿਚਾਰੇ ਮੇਰੇ ਅੱਗੇ 5-5 ਵਾਰੀ ਵੀ ਪਾਸ ਹੋਏ ਨੇ, 5ਵੀਂ ਵਾਰੀ ਪਾਸ ਹੋਏ ਨੇ, 6 ਬੈਂਡ ਆਏ ਨੇ, 5 ਬੈਂਡ ਆਏ ਨੇ, ਇੱਕ ਵਾਰੀ ਤਾਂ ਲਗਭਗ 20,000 ਰੁਪਇਆ ਲੱਗ ਜਾਂਦਾ ਅਤੇ 700 ਕਰੋੜ ਬਣ ਜਾਂਦਾ ਸਾਲ ਦਾ। ਅੱਛਾ, ਦੂਜੀ ਇਹ ਗੱਲ ਕਰੀਏ, ਇਹ ਸਿਰਫ ਅੰਕੜੇ ਆਈਲੈਟਸ ਦੇ ਨੇ ਕਨੇਡਾ ਦੇ। ਇੱਕ ਆਸਟ੍ਰੇਲੀਆ ਨਿਊਜ਼ੀਲੈਂਡ ਵਾਸਤੇ ਹੋਰ ਇੱਕ ਸੰਸਥਾ ਹੈਗੀ ਹੈ ਜਿਹੜੀ ਇਹ ਕਰਾਉਂਦੀ ਆ ਕਲੀਅਰ ਟੈਸਟ, ਉਹ ਹੈਗੀ PTE। ਔਰ ਰਜਿਸਟਰਡ ਇੱਥੇ 1200 ਨੇ ਪੂਰੇ ਪੰਜਾਬ ਦੇ ਵਿੱਚ, ਇਹਨਾਂ ਦੇ ਰਜਿਸਟਰਡ ਆਫਿਸ 1200 ਨੇ, ਪਰ 10,000 ਇਲੀਗਲ ਆਫਿਸ ਹੈਗਾ ਜਿਹੜਾ ਆਈਲੈਟਸ ਦੇ ਇਹਨਾਂ ਚੱਕਰਾਂ ਦੇ ਵਿੱਚ ਲੋਕਾਂ ਨੂੰ ਪਾ ਕੇ ਅਤੇ ਕੰਮ ਕਰਾਉਂਦਾ। ਮੁੱਕਦੀ ਗੱਲ ਇਹ ਹੈ ਜੀ, ਸਰਦਾਰ ਸਿੰਘ ਜੌਹਲ ਸਾਹਿਬ ਦਾ ਇੱਕ ਮੈਂ ਲੇਖ ਪੜ੍ਹਿਆ ਸੀ, ਬਿਆਨ ਪੜ੍ਹਿਆ ਸੀ ਸਰਦਾਰ ਸਿੰਘ ਜੌਹਲ, ਸਿੱਖ ਬੁੱਧੀਜੀਵੀ ਜਿਹੜੇ ਹੈਗੇ ਨੇ, ਉਹ ਕਹਿੰਦੇ ਪੰਜਾਬ ਦੇ ਵਿੱਚੋਂ ਧਨਾਡਾ ਨੇ ਨਾ ਜਿਹੜੇ ਤਕੜੇ ਲੋਕ ਨੇ, ਲੀਡਰ ਸ਼ੀਡਰ ਜਿਹੜੇ ਹੈਗੇ ਨੇ, ਉਹਨਾਂ ਨੇ ਜ਼ਮੀਨ ਟੇਕ ਓਵਰ ਕਰਨੀ ਸਾਰੀ ਪੰਜਾਬ ਦੀ ਆਪਣੇ ਫਾਇਦਿਆਂ ਵਾਸਤੇ। ਉਹਦੇ ਵਾਸਤੇ ਉਹ ਰਲ ਕੇ ਮਿਥ ਕੇ ਪੰਜਾਬ ਦਾ ਜਲ, ਵਾਯੂ ਅਤੇ ਧਰਤੀ ਨੂੰ ਖਰਾਬ ਕਰਨ 'ਤੇ ਤੁਲੇ ਹੋਏ ਨੇ, ਜਿਹਦਾ ਆਰਥਿਕ ਸੰਕਟ, ਸਿਹਤ ਸੰਕਟ ਅਤੇ ਪਹਿਚਾਣ ਸੰਕਟ ਦੇਖਣ ਨੂੰ ਮਿਲਦਾ। ਮੁੱਕਦੀ ਗੱਲ ਜੀ, ਆਪਾਂ ਤੁਹਾਡੇ ਕੋਲ ਸਵਾਲ ਫਟਾਫਟ ਕਾਲਾਂ ਵਾਲੇ ਪਾਸੇ ਜਾ ਕੇ ਇਹ ਪੁੱਛਣਾ ਕਿ ਜੇ ਪੰਜਾਬ ਦਾ ਇਹੀ ਹਾਲ ਰਿਹਾ, ਇਸੇ ਦੋ ਚੀਜ਼ਾਂ ਪੈਰਲਰ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ, ਹੁਣ ਦੋਹਾਂ 'ਚੋਂ ਨੰਬਰ 1 ਕਿਹੜਾ, ਨੰਬਰ 2 ਕਿਹੜਾ, ਇਹ ਨਹੀਂ ਪਤਾ, ਦੋਨੋਂ ਬਰਾਬਰ ਦੌੜ ਰਹੇ ਨੇ। ਪੰਜਾਬ ਦੇ ਮੁੰਡੇ ਕੁੜੀਆਂ ਨੌਜਵਾਨ ਜਿਹੜੇ ਹੈਗੇ ਨੇ, ਯੂਥ ਜਿਹੜਾ ਹੈਗਾ, ਇੱਕ ਪਾਸੇ ਇੱਧਰ ਨੂੰ ਦੌੜ ਰਿਹਾ, ਇਹ ਲਾਈਨ ਹੈਗੀ ਨਸ਼ਿਆਂ ਵਾਲੀ, ਔਰ ਕੁੜੀਆਂ ਦਾ ਵੀ ਕਾਫੀ ਹੁਣ ਤਾਂ ਕਹਿੰਦੇ ਅੰਕੜੇ ਵੱਧ ਗਏ ਨੇ। ਇੱਧਰਲੀ ਦੌੜ ਹੈਗੀ ਆ ਉਹ ਹੈਗੀ ਆ ਆਈਲੈਟਸ ਵਾਲੀ ਜਾਂ ਬਾਹਰਲੇ ਮੁਲਕਾਂ ਵਾਲੀ, ਕਿਸੇ ਵੀ ਤਰੀਕੇ ਬਾਹਰ ਆਉਣਾ, ਉਹ ਦੋਵੇਂ ਜਾਂਦੀਆਂ ਪੰਜਾਬ ਤੋਂ ਬਾਹਰ ਨੇ, ਨਾ ਤਾਂ ਨਸ਼ੇ ਵਾਲੇ ਪੰਜਾਬ 'ਚ, ਨਸ਼ੇ ਵਾਲੇ ਤਾਂ ਪੰਜਾਬ ਦੀ ਗੱਲ ਛੋੜੋ ਦੁਨੀਆਂ 'ਚ ਨਹੀਂ ਰਹਿੰਦੇ, ਅਤੇ ਜਿਹੜੇ ਆਈਲੈਟਸ ਵਾਲੇ ਨੇ ਉਹ ਪੰਜਾਬ 'ਚ ਰਹਿੰਦੇ। ਇਸ ਤਰ੍ਹਾਂ ਦੇ ਪੰਜਾਬ ਨੂੰ ਤੁਸੀਂ ਕਿਸ ਤਰ੍ਹਾਂ ਕਿਸ ਨਜ਼ਰ ਨਾਲ ਦੇਖਦੇ ਹੋ, ਮੁੱਕਦੀ ਗੱਲ ਇਹ ਕਿ ਆਉਣ ਵਾਲੇ ਪੰਜਾਬ ਦਾ ਫਿਊਚਰ ਕੀ ਲੱਗਦਾ ਤੁਹਾਨੂੰ, ਆਉਣ ਵਾਲੇ 10 ਸਾਲ ਬਾਅਦ ਜਾਂ 20 ਸਾਲ ਬਾਅਦ ਅਗਰ ਅਸੀਂ ਪੰਜਾਬ ਦੇ ਵਿੱਚ ਝਾਤੀ ਮਾਰੀਏ ਇੱਥੇ ਬੈਠੇ ਤਾਂ ਸਾਨੂੰ ਕੀ ਨਜ਼ਰ ਆਊਗਾ, ਇਹ ਆਪਾਂ ਗੱਲਬਾਤ ਕਰਨੀ ਹੈ। ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹੈਲੋ ਹੈਲੋ ਜੀ, ਸਰਦਾਰ ਗਿਆਨ ਸਿੰਘ ਜੀ, ਗਿਆਨ ਸਿੰਘ ਜੀ ਮਾੜਾ ਜਿਹਾ ਹੋਲਡ ਰੱਖੋ ਜੀ ਫੋਨ, ਸੋਰੀ ਮੈਂ ਮੁਆਫੀ ਚਾਹੁੰਦਾ, ਇਹ ਇੱਕ ਮਜਬੂਰੀ ਕਹਿ ਲਓ। ਹਾਂਜੀ ਗਿਆਨ ਸਿੰਘ ਜੀ, ਸੋਰੀ। ਹਾਂ, ਉਹ ਤੁਸੀਂ ਉਹ ਅੰਜਾਨ ਸਾਹਿਬ ਨੂੰ ਪੁੱਛਣਾ ਸੀ ਕਿ ਸੀਰਾ, ਉਹ ਭਗਤ ਜੀ ਨੇ ਤੇ ਆਪਣੇ ਕੋਲ ਦਮੜਾ ਘੱਲਿਆ ਲਿਆ ਸੀਗਾ ਭੇਟਾ ਲਈ, ਤੇ ਗੰਗਾ ਮਾਈਆ ਨੇ ਉਹ ਦਮੜਾ ਲੈ ਕੇ ਤੇ ਆਪਣੇ ਬਾਂਹ ਵਿੱਚ, ਜਿਹੜਾ ਕਸੀਰਾ ਉਹਨੂੰ ਕਹਿੰਦੇ, ਉਹਦੇ ਬਾਂਹ ਦਾ ਇੱਕ ਕੰਗਣ ਕਹਿ ਲਓ, ਗੁਲੂਬੰਦ ਕਹਿ ਲਓ, ਬੰਗ ਕਹਿ ਲਓ, ਕਸੀਰਾ ਮੇਰੇ ਖਿਆਲ ਕਸੀਰਾ ਕਿਸੇ, ਗਿਆਨ ਸਿੰਘ ਜੀ, ਭੇਟਾ ਵਗੈਰਾ ਦਾ ਨਾਮ ਹੋਏਗਾ ਵੀ, ਆਪਦੇ ਸ਼ਬਦ ਦਾ ਜਾਂ ਭੇਟਾ ਕੁਛ ਇਸ ਤਰ੍ਹਾਂ ਦਾ ਹੋਏਗਾ। ਨਹੀਂ, ਤੁਸੀਂ ਕਹਿੰਦੇ ਨਾ ਉਹਨਾਂ ਗੋਣਾ ਉਹਨਾਂ ਉਹਦੀ ਬਾਂਹ 'ਚ ਪਾਇਆ, ਤਾਂ ਬਾਂਹ ਤੋਂ ਗਾਂਹ ਪਾਇਆ, ਕੰਗਣ ਕੰਗਣ, ਹਾਂਜੀ, ਉਹਨਾਂ ਨੇ
ਕਿਉਂਕਿ ਉਹਨਾਂ ਨੇ ਵੀ ਕਿਸੇ ਦਾ ਭੇਟ ਕੀਤਾ, ਉਹਨਾਂ ਨੇ ਵੀ ਕੰਨ ਨਹੀਂ, ਹਾਂ ਮਤਲਬ ਉਹਨਾਂ ਨੇ ਨਿਸ਼ਾਨੀ ਦਿੱਤੀ ਆਪਣੀ ਗੰਗਾ ਬਈਆ ਨੂੰ, ਹਨਾ, ਹਾਂ ਕਸੀਰਾ ਦਾ ਉਹ ਆਪਣਾ ਕੰਗਣ ਲਾ ਕੇ ਦੇਤਾ, ਉਹਨੂੰ ਕਸੀਰਾ ਕਹਿੰਦੇ, ਮਤਲਬ ਕਈ ਨਾਂ ਹੁੰਦੇ ਨਾ ਬੰਗਾਂ ਦੇ, ਹਨਾ ਜੀ, ਉਸ ਸਮੇਂ ਕਸੀਰਾ ਨਹੀਂ, ਇਹ ਮੈਂ ਥੋੜੇ ਜਿਹਾ ਕਨਫਿਊਜ਼ਨ ਜ਼ਰੂਰ ਕਲੀਅਰ ਕਰੋ, ਇਹ ਵੰਗਾਂ ਦੇ ਨਾਂ ਹੁੰਦੇ ਜਾਂ ਨਿਸ਼ਾਨੀ ਦਾ ਨਾਮ ਕਸੀਰਾ ਹੋ ਸਕਦਾ, ਇਹ ਸ਼ਬਦ ਨਹੀਂ, ਉਹ ਕੰਗਣ ਹੀ ਹੋਇਆ ਆਪਣੇ, ਗੰਗਾ ਮਾਈਆਂ ਤੇ ਕੰਗਣੀ ਬਾਂਝ ਪਾਉਣਾ, ਠੀਕ ਹੈ ਜੀ, ਜੇਵਰੀ ਪਾਉਣਾ ਨਾ, ਉਹਦਾ ਉਹਨੂੰ ਜੋ ਭੇਟਾ ਵੀ ਕਰੇ, ਜੋ ਮਰਜ਼ੀ ਕਰੇ, ਜੋ ਉਹਨਾਂ ਦੀ ਬਾਂਹ ਸੀਗਾ ਉਹ ਦੇਤਾ ਲਾ ਕੇ ਉਹਨਾਂ ਨੂੰ, ਜੀ 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 ਚਲੋ, ਜਦੋਂ ਉਹਦੇ ਭੇਟਾ ਦਿੱਤੀ ਉਹਨਾਂ ਨੇ ਲਾ ਕੇ ਦੇਤਾ, ਠੀਕ ਨਹੀਂ, ਠੀਕ ਹੈ ਜੀ, ਤੇ ਉਹ ਫਿਰ ਕਸੀਰਾ ਉਹਦਾ ਨਾਮ ਇਹਨਾਂ ਰੱਖਿਆ, ਨਾ ਜੇਵਰਾਂ ਤੇ ਕਈ ਬਦਲਦੇ ਹੀ ਰਹਿੰਦੇ, ਹਨਾ, ਉਸ ਟਾਈਮ ਕਸੀਰਾ ਕਹਿੰਦੇ ਆ, ਅੰਜਾਨ ਸਾਹਿਬ ਨੂੰ ਦੁਬਾਰਾ ਕਨਫਰਮ ਕਰ ਲਿਓ, ਮੇਰੇ ਹਿਸਾਬ ਨਾਲ ਗੱਲ ਬਣਦੀ, ਮੈਂ ਆਫ ਦੀ ਏਅਰ ਕਰੂੰਗਾ ਜ਼ਰੂਰ, ਤੇ ਮੈਂ ਨਾ, ਨਹੀਂ ਉਹ ਇਦਾਂ ਹੀ ਆ, ਉਹ ਇਦਾਂ ਇਹ ਗੱਲ ਇਹੋ ਨਿਕਲਦੀ ਵਿੱਚੋਂ, ਠੀਕ ਨਹੀਂ ਜੀ, ਪੰਜਾਬ ਨੂੰ 10 ਸਾਲ ਬਾਅਦ 20 ਸਾਲ ਬਾਅਦ ਕਿਸ ਨਜ਼ਰ ਨਾਲ ਦੇਖਦੇ ਹੋ, ਜਿਹਦੇ ਨਹੀਂ, ਇੱਕ ਤਾਂ ਪਹਿਲੇ ਤੁਸੀਂ ਪਹਿਲਾਂ ਸ਼ੁਰੂ ਚ ਗੱਲ ਕੀਤੀ, ਜਦੋਂ ਆਪਾਂ ਪੁਰਾਣੇ ਜ਼ਮਾਨੇ 'ਚ ਰਿਸ਼ਤੇ ਕਰਦੇ ਸੀ ਨਾ, ਤੇ ਮੁੰਡੇ ਦੀ ਜ਼ਮੀਨ ਜਾਇਦਾਦ ਪੁੱਛੀ ਜਾਂਦੀ ਸੀ, ਹਾਂਜੀ, ਉਦੋਂ ਇਹ ਸੀਗਾ, ਅਸੀਂ ਵੀ ਕਰਦੇ ਰਹੇ ਹਾਂ, ਜ਼ਿਮੀਦਾਰਾਂ ਦੀ ਬਹੁਤੀ ਗੱਲ ਸੀਗੀ, ਉਹ ਜ਼ਮੀਨ ਮੁੰਡੇ ਦੀ ਤਾਂ ਪੁੱਛਦੇ ਸੀਗੇ ਵੀ ਕਿਸੇ ਵਜ੍ਹਾ ਕਰਕੇ ਮੁੰਡਾ ਚੰਗਾ ਨਾ ਨਿਕਲੇ, ਜਾਂ ਕੁਛ ਉਹ 'ਚ ਨੁਕਸ ਪੈ ਜਾਏ, ਕੁਛ ਡੈਥ ਹੋ ਜਾਏ, ਤੇ ਜ਼ਮੀਨ ਦੂਜਾ ਖਸਮ ਗਿਣਦੇ ਸੀ ਉਸ ਕੁੜੀ ਦਾ, ਵੀ ਉਹ ਕਮ ਅਜ਼ ਕਮ ਉਹ ਤੋਂ ਆਪਣੀ ਗੁਜ਼ਾਰਾ ਤੇ ਚਲਾ ਲਊਗਾ, ਉਦੋਂ ਇਹ ਦੇਖ ਕੇ ਰਿਸ਼ਤਾ ਕਰਦੇ ਸੀ, ਜ਼ਮੀਨ ਤਾਂ ਦੇਖਦੇ ਸੀਗੇ। ਸਰ ਮੇਰਾ ਸਵਾਲ ਆਪਣਾ ਇਹ ਸੀ ਕਿ ਹੁਣ ਜਿਹੜੇ ਹਾਲਾਤ ਚੱਲ ਰਹੇ ਨੇ, ਇੱਕ ਲਾਈਨ ਨਸ਼ਿਆਂ ਦੀ ਚੱਲਦੀ, ਇੱਕ ਬਾਹਰ ਭੱਜਣ ਵਾਲੀ ਦੀ ਚੱਲਦੀ ਹੈ, ਆਉਣ ਵਾਲੇ 15-20 ਸਾਲ 'ਚ ਪੰਜਾਬ ਸਾਨੂੰ ਕਿਹੋ ਜਿਹਾ ਨਜ਼ਰ ਆਊਗਾ? ਨਹੀਂ, ਬਸ ਪੰਜਾਬ ਦੇਖੋ ਜੀ, ਹਾਲਾਤ ਚੇਂਜ ਹੁੰਦੇ ਹੀ ਰਹਿੰਦੇ ਆ, ਹੁੰਦੇ ਹੀ ਰਹਿੰਦੇ ਆ, ਹੁਣ ਦੁਨੀਆਂ ਕਿੰਨੀ ਕਿੱਥੇ ਆ ਜਾਊਗੀ, ਫਿਰ ਜਦੋਂ ਦੁਨੀਆਂ ਬਹੁਤ ਅਮੀਰ ਹੋ ਜਾਊਗੀ ਫਿਰ ਉੱਥੇ ਵੀ ਸ਼ਾਇਦ, ਹਾਂਜੀ ਹਾਂ, ਠੀਕ ਨਹੀਂ, ਸਖਤੀ ਕਰਦੇ, ਹਾਂ ਇੱਦਾਂ ਗੱਲ ਹੈ ਜੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਤੁਹਾਡੀ ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਹੈਲੋ, ਹੈਲੋ ਜੀ, ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਹਾਂਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਕਿਰਪਾ ਪਰਮਾਤਮਾ ਦੀ ਆਸ਼ੀਰਵਾਦ ਤੁਹਾਡਾ ਜੀ, ਤੁਸੀਂ ਦੱਸੋ। ਕਿਰਪਾ ਪਰਮਾਤਮਾ ਦੀ ਸੱਚੇ ਪਾਤਸ਼ਾਹ ਜੀ, ਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਆਪਾਂ ਤਾਂ ਪੰਜਾਬ ਦੀ ਵੈਸੇ ਗੱਲ ਹਮੇਸ਼ਾ ਹੀ ਕਰੀ ਦੀ ਆ, ਪੰਜਾਬ ਦੀ ਚਿੰਤਾ ਕਰਦੇ ਆਪਾਂ ਇੱਧਰ ਬੈਠ ਕੇ, ਅਤੇ ਚਿੰਤਾ ਦਾ ਵਿਸ਼ਾ ਇੱਕ ਇਹ ਆ ਵੀ ਜਿਵੇਂ ਮੈਂ ਗੱਲ ਕੀਤੀ ਹੈ, ਤੁਸੀਂ ਸੁਣੀ ਹੋਣੀ ਆ, ਵੀ ਦੋ ਟਰੈਕ ਜਾਂਦੇ ਨੇ, ਇੱਕ ਤਾਂ ਤਾਹਾਂ ਨੂੰ ਜਾਂਦਾ ਅਤੇ ਇੱਕ ਇੱਧਰ ਨੂੰ ਆਉਂਦਾ ਬਾਹਰਲੇ ਮੁਲਕਾਂ ਨੂੰ, ਔਰ ਨੌਜਵਾਨ ਤਕਰੀਬਨ ਦੋਹਾਂ ਟਰੈਕਾਂ 'ਤੇ ਚੱਲ ਰਹੇ ਨੇ, ਵਿੱਚ ਵਿਚਾਲੇ ਵਾਲਾ ਟਰੈਕ ਬਹੁਤ ਘੱਟ ਨਜ਼ਰ ਆਉਂਦਾ, ਕੀ ਕਹਿਣਾ ਚਾਹੁੰਦੇ ਹੋ? ਆਉਣ ਵਾਲੇ 15-20 ਸਾਲ ਦੇ ਵਿੱਚ ਪੰਜਾਬ ਕਿਹੋ ਜਿਹਾ ਨਜ਼ਰ ਆਊਗਾ? ਪੰਜਾਬ ਦਾ ਨਕਸ਼ਾ ਤਾਂ ਤੁਹਾਨੂੰ ਹੁਣ ਦਿਸ ਹੀ ਜਾਂਦਾ ਕਿਹੋ ਜਿਹਾ ਹੋਣਾ ਆ, ਪਰ ਚਲੋ ਇਹ ਕੋਈ ਬਦਲਾਅ ਹੁੰਦੇ ਰਹਿੰਦੇ ਆ, ਜਿਹੜੇ ਹੁਣ ਉਹ ਯਾਦ ਕਰਕੇ ਝੂਰਦੇ ਨੇ ਪੁਰਾਣੀਆਂ ਗੱਲਾਂ, ਬਹੁਤ ਜਿਹੜੀਆਂ ਹੈਗੀਆਂ, ਬਾਬੇ ਉਸ ਸਥਿਤੀ ਚ ਤਕਰੀਬਨ ਅਸੀਂ ਆ ਗਏ, ਉਹ ਪੁਰਾਣੇ ਪਿਛਲੇ ਘਰ, ਜ਼ਮੀਨਾਂ, ਖੂਹ, ਮੋਟਰਾਂ, ਨਹਿਰਾਂ, ਚਰੀਆਂ, ਬਾਜਰੇ, ਬਲਦਾਂ ਦੀਆਂ ਟਾਲੀਆਂ ਨੂੰ ਹੁਣ ਯਾਦ ਕਰ ਕਰਕੇ ਝੂਰਦੇ ਨੇ, ਇਹੀ ਹਾਲਾਤ ਹੁਣ ਸਾਡੇ ਹੋ ਗਏ ਪੰਜਾਬ ਦੇ ਵਿੱਚੋਂ, ਸਾਰਾ ਕੁਛ ਖਤਮ ਹੋ ਗਿਆ। ਉਹ ਕਹਿੰਦੇ ਨਾ ਕਿਸੇ ਲਿਖਿਆ ਕਰ ਲੈਂਦਾ ਨਾ, ਆਪਣਾ ਪੰਜਾਬ ਉਹਦੇ ਹੱਥ 'ਚ ਕਿਤਾਬ ਹੋਵੇ, ਖਾਣ ਪੀਣ ਚੰਗਾ ਹੋਵੇ, ਬੋਲਦਾ ਨਾ ਮੰਦਾ ਹੋਵੇ, ਨਸ਼ਿਆਂ ਤੋਂ ਦੂਰ ਹੋਵੇ, ਸਿਹਤ ਨਾ ਖਰਾਬ ਹੋਵੇ, ਆਪਣਾ ਪੰਜਾਬ ਹੋਵੇ, ਰੌਲਾ ਰੱਪਾ ਬੰਦ ਹੋਵੇ, ਮਿੱਠੀ ਬੋਲ ਬਾਣੀ ਹੋਵੇ, ਸਿਰਾਂ ਵਿੱਚ ਸਾਫ਼ ਸੋਚ, ਸਾਫ਼ ਪਾਉਣ ਬਾਣੀ ਹੋਵੇ, ਬਾਬਿਆਂ ਦੀ ਬਾਣੀ ਨਾਲ ਵੱਜਦੀ ਰਵਾਬ ਹੋਵੇ, ਇੱਥੇ ਰਹਿ ਜਵਾਨੀਆਂ ਦਾ ਪੂਰਾ ਖਾਬ ਹੋਵੇ, ਘਰ ਘਰ ਵਿੱਚ ਕਲਾਕਾਰ ਵਿਗਿਆਨੀ ਹੋਣ, ਸਾਰੇ ਲੋਕ ਕਿਹੜੀ ਤੇ ਸਾਰੇ ਲੋਕ ਦਾਨੀ ਹੋਣ, ਮੀਰ ਭਾਈ ਸਾਰੇ ਕੋਈ ਸਰਨਾ ਜਨ ਜੀ। ਹੈਲੋ, ਕੱਟ ਗਿਆ ਤੁਹਾਡਾ ਫੋਨ ਸੁਰਿੰਦਰ ਸਿੰਘ ਜੀ, ਫਿਰ ਦੁਬਾਰਾ ਕਾਲ ਕਰਨੀ ਪੈਣੀ ਹੈ, ਦੁਬਾਰਾ ਕਾਲ ਕਰ ਲਿਓ, ਅਤੇ ਅਗਲੀ ਕਾਲ ਮੇਰੇ ਖਿਆਲ ਧੀਰ ਸਾਹਿਬ ਦੀ ਜਿਹੜੀ ਆਈ ਹੋਈ ਹੈ, ਪਰ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਬਾਕੀ ਗੱਲਬਾਤ ਕਰਾਂਗੇ। ਸੋ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਵਿਸ਼ਾ ਜਿਹੜਾ ਹੈਗਾ ਕਿ ਕੀ ਭਵਿੱਖ ਨਜ਼ਰ ਆਉਂਦਾ ਸਾਨੂੰ ਪੰਜਾਬ ਦਾ, ਜਿਸ ਹਿਸਾਬ ਨਾਲ ਅਸੀਂ ਸਾਰੇ ਤਾਂ ਬਾਹਰ ਆ ਗਏ ਹਾਂ, ਅਤੇ ਰਹਿਣਾ ਅੱਜ ਕੋਈ ਪੰਜਾਬ ਦੇ ਵਿੱਚ ਨਹੀਂ ਚਾਹੁੰਦਾ। ਬ੍ਰੇਕ ਤੋਂ ਬਾਅਦ ਕਾਲਾਂ ਲਵਾਂਗੇ, ਦੇਖਦੇ ਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਵਿਸ਼ਾ ਤਾਂ ਵੈਸੇ ਸੰਜੀਦਾ ਹੈਗਾ,
ਪਰ ਦੂਜੀ ਗੱਲ ਇਹ ਜੇ ਗੱਲ ਕਰੀਏ ਉਹ ਇਹ ਟੋਟਲ ਇਹਦਾ ਦੋਸ਼ ਜਿਹੜਾ ਹਮੇਸ਼ਾ ਦੀ ਤਰ੍ਹਾਂ ਸਰਕਾਰਾਂ ਨੂੰ ਹੀ ਜਾਂਦਾ, ਨਾ ਤਾਂ ਸਰਕਾਰਾਂ ਨਸ਼ਿਆਂ 'ਤੇ ਨੱਥ ਪਾਉਂਦੀਆਂ ਨੇ, ਨੌਜਵਾਨ ਉੱਧਰ ਜਾਈ ਜਾਂਦੇ ਨੇ, ਬਲਕਿ ਪਹਿਲਾਂ ਆਪਾਂ ਫਰੀ ਦੇ ਵਿੱਚ ਉਹਨਾਂ ਨੂੰ ਲਾਉਂਦੀਆਂ ਨੇ ਨਸ਼ਿਆਂ 'ਤੇ, ਫੀ ਵੇਚਦੀਆਂ ਨੇ ਸਰਕਾਰਾਂ, ਸਰਕਾਰਾਂ ਦੇ ਬੰਦੇ ਵੱਡੇ ਵੱਡੇ ਲੀਡਰ ਕਹਿ ਲਓ। ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਬਾਕੀ ਬਚਦਾ ਖੁਜਦਾ ਜਿਹੜਾ ਨੌਜਵਾਨ ਯੂਥ ਹੈ ਉਹ ਬਾਹਰਲੇ ਮੁਲਕਾਂ ਨੂੰ ਆਉਂਦਾ ਹੈ। ਕੀ ਵਿਚਾਰ ਨੇ ਕਾਲਾਂ ਲੈਣੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ 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 ਧੀਰ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ। ਹਾਂਜੀ, ਕੀ ਵਿਚਾਰ? ਅੱਛਾ, ਮੈਂ ਯੂਪੀ ਦੇ ਵਿੱਚ ਗਿਆ ਸੀ, ਜਿਹੜਾ ਇਹ ਕਹਿੰਦੇ ਨਾ ਕੀ ਨਾਂ ਦੱਸਿਆ ਸੀ ਤੁਸੀਂ, ਕੰਗਣ ਦਾ ਕੀ ਕਹਿੰਦੇ ਸੀ? ਕਸੀਰਾ, ਕਸੀਰਾ, ਕਸੀਰਾ। ਹਾਂ, ਉੱਥੇ ਯੂਪੀ ਦੇ ਵਿੱਚ ਕਈ ਇਲਾਕਿਆਂ ਵਿੱਚ ਅਜੇ ਵੀ ਕਸੀਰਾ ਕਹਿੰਦੇ ਆ ਕੰਗਣ ਨੂੰ। ਕੰਗਣ ਨੂੰ? ਅੱਛਾ ਜੀ, ਫਿਰ ਠੀਕ ਹੈ। ਹਾਂਜੀ, ਤੇ ਦੂਜੀ ਗੱਲ ਮੈਂ ਕਰਨੀ ਚਾਹੁੰਦਾ ਕਿ 9 ਫਰਵਰੀ ਜਿਹੜੀ ਹੁਣ ਆ ਰਹੀ ਹੈ ਸੰਡੇ ਨੂੰ, ਭਗਤ ਰਵਿਦਾਸ ਜੀ ਦਾ ਵੀ ਜਨਮ ਦਿਨ ਆ, ਸਾਰੇ ਸਿੱਖ ਜਗਤ ਨੂੰ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ 9 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਜਦੋਂ 21-22 ਜਨਵਰੀ ਨੂੰ ਮਰਾਠਿਆਂ ਨੂੰ ਪਾਣੀਪਤ ਦੀ ਲੜਾਈ ਦੇ ਵਿੱਚ ਹਾਰ ਦੇ ਕੇ ਇੱਧਰ ਪੰਜਾਬ ਵੱਲ ਆਇਆ, ਤਾਂ 9 ਫਰਵਰੀ 1762 ਨੂੰ ਸਾਡਾ ਵੱਡਾ ਘੱਲੂਘਾਰ ਹੋਇਆ ਸੀ ਕੁੱਪਰ ਹੀੜੇ, ਜਿਹਦੇ ਵਿੱਚ ਤਕਰੀਬਨ 50,000 ਤੋਂ ਵੱਧ ਸਿੱਖ ਬੱਚੇ, ਬੱਚੀਆਂ, ਮਰਦ ਉਹਨੇ ਕਤਲ ਕਰ ਦਿੱਤੇ ਸੀ। ਕੁੱਪਰ ਹੀੜਾ ਜਿਹੜਾ ਪਿੰਡ ਹੈ ਮੈਂ ਦੇਖਿਆ, ਅਮਰਗੜ੍ਹ ਦੇ ਕੋਲ ਇਹ ਪਿੰਡ ਆ। ਅੱਛਾ, ਉੱਥੇ ਦੇਖੋ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚਰਚ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਤੇ ਨਵਾਬ ਕਪੂਰ ਸਿੰਘ ਤੇ ਹੋਰ ਵੱਡੇ ਵੱਡੇ ਜਥੇਦਾਰ ਸੀ, ਤੇ ਸਰਦਾਰ ਜੱਸਾ ਸਿੰਘ ਆਹਲੂ, ਕਿਉਂਕਿ ਕਤਲੇਆਮ ਇਸ ਕਰਕੇ ਹੋਇਆ ਕਿਉਂਕਿ ਇਹ ਆਪਣੇ ਪਰਿਵਾਰ ਬਚਾਉਂਦੇ ਸੀ, ਇਹਨਾਂ ਦੇ ਨਾਲ ਬੀਬੀਆਂ ਵੀ ਸੀ, ਬੱਚੇ ਵੀ ਸੀ, ਤੇ ਉਹਨੇ ਘੇਰ ਕੇ ਮੁਕਾਬਲਾ ਵੀ ਕੀਤਾ ਹੈ, ਪਰ ਉਹਨੇ ਚਾਰੋਂ ਤਰਫ ਘੇਰ ਕੇ ਕਤਲੇਆਮ ਕੀਤਾ। ਤੇ ਉਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਿਸ ਤਰ੍ਹਾਂ ਬਾਬੇ ਨਾਨਕ ਨੇ ਏਤੀ ਮਾਰ ਪਈ ਗੁਰਲਾਣੇ ਕਹਿ ਕੇ ਅਲਾਂਭਾ ਦਿੱਤਾ ਸੀ ਰੱਬ ਨੂੰ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ, ਉਹ ਸਿੱਖ ਗੁਰੂ ਗ੍ਰੰਥ ਸਾਹਿਬ ਹਮੇਸ਼ਾ ਨਾਲ ਰੱਖਦੇ ਸੀ, ਅਰਦਾਸ ਕੀਤੀ ਕਿ ਆਹ ਦੇਖ ਤੇਰੇ ਖਾਲਸੇ ਦਾ ਕੀ ਹਾਲ ਹੋਇਆ ਅੱਜ, ਜੇ ਅਸੀਂ ਨਾ ਰਹੇ ਤਾਂ ਤੈਨੂੰ ਵੀ ਮੰਨਣ ਵਾਲਾ ਕੋਈ ਨੀ ਜਾਣਾ, ਵੀ ਗੁਰੂ ਕੌਣ ਹੈ। ਕਹਿੰਦੀ ਤੇ ਬਹੁਤ ਵੱਡੀ ਪੰਜਾਬ ਦਾ ਹਾਲ ਇਹ ਦੇਖ ਲਿਓ ਵੀ ਉੱਥੇ 1960 ਤੋਂ ਪਹਿਲਾਂ ਕੋਈ ਭਈਆ ਨੀ ਸੀ ਹੁੰਦਾ ਪੰਜਾਬ ਚ, ਪਹਿਲਾਂ ਸ਼ਹਿਰਾਂ ਚ ਆਏ, ਹੁਣ ਪਿੰਡਾਂ ਚ ਆ ਗਏ, ਮਾਈਗ੍ਰੇਸ਼ਨ ਯੂਪੀ ਬਿਹਾਰ ਮੱਧਿਆ ਪ੍ਰਦੇਸ਼ ਤੋਂ ਹੋ ਗਈ, ਅਸੀਂ ਇੱਥੇ ਆ ਗਏ ਪੰਜਾਬ ਦਾ ਅੱਗੇ। ਇਹ ਸਾਡੇ 75% ਸਾਡੇ ਜਿਹੜੇ ਆ ਨਾ ਸਟੂਡੈਂਟ ਸਾਡੇ ਕੈਨੇਡਾ ਵਿੱਚ ਆਉਂਦੇ ਆ, ਸਾਡੇ ਬ੍ਰਹਮਟਨ ਘਰ ਘਰ ਭਰਿਆ ਪਿਆ ਸਟੂਡੈਂਟਾਂ ਨਾਲ, ਬਿਲਕੁਲ, ਮੁੰਡੇ ਕੁੜੀਆਂ ਨਾਲ ਵੀ। ਹਾਂਜੀ ਹਾਂ, ਪ੍ਰਬਲ ਵੀ ਦਿੰਦੇ ਨੇ, ਕਈ ਚੰਗੇ ਵੀ ਨੇ, ਇਹੋ ਜਿਹੀ ਗੱਲ ਨੀ, ਕਈ ਤਾਂ ਸੰਸੀਅਰ ਵੀ ਨੇ, ਪੜ੍ਹਦੇ ਵੀ ਆ, ਕਈ ਕਈ ਲਾ ਦੀ ਉਲੰਘਣਾ ਵੀ ਕਰਦੇ ਨੇ, ਤੇ ਪਰ ਪੰਜਾਬ ਦਾ ਇਹੀ ਹਾਲ ਹੋਣਾ ਕਿ ਉੱਥੇ ਯੂਪੀ ਬਿਹਾਰ ਮੱਧਿਆ ਪ੍ਰਦੇਸ਼ ਦੇ ਲੋਕ ਆ ਗਏ, ਪਿੰਡਾਂ ਚ ਵੀ ਆ ਗਏ, ਤੇ ਅਸੀਂ ਇੱਧਰ ਆ ਗਏ, ਬਾਕੀ ਤੁਸੀਂ ਆਪ ਹੀ ਦੇਖ ਲਓ। ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਬਹੁਤ ਮਿਹਰਬਾਨੀ ਜੀ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਹਿਬ, ਮੈਂ ਗੁਰਦੀਪ ਸੰਦਰ ਜੀ, ਸੰਦਰ ਸਾਹਿਬ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ? ਏਦਾਂ ਸੀ, ਜਦੋਂ ਪੁਰਾਣੀਆਂ ਸਭਿਅਤਾਵਾਂ ਜੇ ਅਸੀਂ ਦੇਖੀਏ ਤਾਂ ਉਹ ਨਦੀਆਂ ਜਾਂ ਦਰਿਆਵਾਂ ਦੇ ਕੰਢੇ ਵਸਦੀਆਂ ਸੀ, ਜਾਂ ਜਿਹੜੇ ਵੱਡੇ ਵੱਡੇ ਵੀ ਨਗਰ ਹੈ, ਦਿੱਲੀ ਹੈ, ਕਾਸ਼ੀ ਹੈ, ਇਹ ਸਾਰੇ ਦਰਿਆਵਾਂ ਜਾਂ ਨਦੀਆਂ ਦੇ ਕੰਢੇ ਵਸੇ ਹੋਏ ਆ। ਪਰ ਹੁਣ ਪੰਜਾਬ ਚ ਰਹਿਣ ਕਿੱਦਾਂ, ਨਦੀਆਂ ਦਰਿਆ ਤਾਂ ਸਾਰੇ ਗੰਧਲੇ ਹੋ ਗਏ, ਜੇ ਪਾਣੀ ਹੀ ਗੰਧਲਾ ਹੋ ਗਿਆ ਤਾਂ ਪਾਣੀ ਤਾਂ ਮੁੱਖ ਚੀਜ਼ ਆ, ਬਾਕੀ ਪਾਣੀ ਤੁਹਾਡੇ ਨਾਲ ਜਿੱਥੇ ਮਿਹਨਤ ਕਰਨ ਤੋਂ ਬਾਅਦ ਵੀ ਚੱਜ ਦੀ ਰੋਟੀ ਨਾ ਨਸੀਬ ਹੋਵੇ ਤਾਂ ਉੱਥੇ ਕੌਣ ਰਹਿਣਾ ਪਸੰਦ ਕਰੇਗਾ ਜੀ? ਬਿਲਕੁਲ। ਤੇ ਜਿਹੜੇ ਡਿਪਰੈਸ਼ਨ ਚ ਚਲੇ ਜਾਂਦੇ ਆ ਬੱਚੇ, ਉਹ ਨਸ਼ਿਆਂ ਚ ਪੈ ਜਾਂਦੇ ਆ, ਜਿਹੜੇ ਥੋੜੇ ਹੌਸਲਾ ਕਰਦੇ ਆ ਉਹ ਥੋੜੀਆਂ ਪੜ੍ਹਾਈਆਂ ਕਰ ਕੁੜ ਕੇ ਪੈਸਿਆਂ ਪੁਸਿਆਂ ਦਾ ਜੁਗਾੜ ਲਾ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ,
ਉਹਨਾਂ ਦੀ ਮਜਬੂਰੀ ਆ, ਕੌਣ ਨਿਕਲਣਾ ਚਾਹੁੰਦਾ ਆਪਣੇ ਪੰਜਾਬ ਨੂੰ, ਕੋਈ ਨੀ ਛੱਡਣਾ ਚਾਹੁੰਦਾ, ਅਸੀਂ ਵੀ ਨੀ ਛੱਡਣਾ ਚਾਹੁੰਦੇ, ਅਸੀਂ ਵੀ ਆਪਣੀ ਬਿਹਤਰੀ ਲਈ, ਆਪਣੇ ਬੱਚਿਆਂ ਦੀ ਬਿਹਤਰੀ ਲਈ ਇੱਥੇ ਆਏ ਹਾਂ ਨਾ, ਤੇ ਉਹ ਵੀ ਏਦਾਂ ਚਾਹੁੰਦੇ ਆ। ਸੋ ਇਹ ਪੰਜਾਬ ਤਾਂ ਤਕਰੀਬਨ ਅੱਧਾ ਖਾਲੀ ਹੋ ਚੁੱਕਿਆ, ਅੱਧਾ ਵੀ ਹੋ ਜਾਣਾ ਆ। ਕੁਛ ਗੌਰਮੈਂਟ ਵੀ ਜਦੋਂ ਦੇਖੋ ਨੀਲੀ ਹਰੀ ਕ੍ਰਾਂਤੀ ਆਈ ਸੀ ਉਦੋਂ ਸਭ ਨੂੰ ਚੰਗਾ ਲੱਗਦਾ ਸੀ, ਪਰ ਬਾਅਦ ਚ ਹਰੀ ਕ੍ਰਾਂਤੀ ਦਾ ਰਿਜ਼ਲਟ ਬਹੁਤ ਬੁਰਾ ਨਿਕਲਿਆ, ਜ਼ਮੀਨਾਂ ਦਾ ਪਾਣੀ ਸੁੱਕ ਗਿਆ, ਇਹ ਭਾਰਤ ਵਾਲਿਆਂ ਨੇ ਚੌਲ ਤੇ ਸਾਰਾ ਕੁਛ ਭਾਰਤ ਪੰਜਾਬ ਤੋਂ ਲੈ ਲਿਆ, ਪਰ ਪੰਜਾਬ ਦਾ ਨੁਕਸਾਨ ਹੋ ਗਿਆ। ਬਿਲਕੁਲ ਜੀ, ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਸੰਦੀਪ ਸਾਹਿਬ। ਦੇ ਬਾਰੇ ਤੁਸੀਂ ਦੱਸ ਰਹੇ ਆ, ਉਹ ਲੇਖਕ ਨੇ ਕਿਤਾਬ ਲਿਖੀ, ਉਹ ਸਹੀ ਲਿਖੀ ਹੈ, ਉਹ ਸਹੀ ਚਾਨਣਾ ਪਾ ਰਹੇ ਆ ਕਿ ਇਸ ਤਰ੍ਹਾਂ ਹੋ ਜਾਣੀ, ਤੇ ਪੰਜਾਬ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਗਬੜੂਆਂ ਆ ਜਾਣੀ ਆ, ਯਾਨੀ ਉਹ ਨਾ ਹਿੰਦੀ ਹੋਣੀ ਆ, ਨਾ ਉਹ ਪੰਜਾਬੀ ਹੋਣੀ ਆ, ਨਾ ਅੰਗਰੇਜ਼ੀ ਹੋਣੀ ਆ, ਇਹੋ ਜਿਹੀ ਗਬੜੂਆਂ ਭਾਸ਼ਾ ਬੋਲੀ ਜਾਣੀ ਆ, ਅਲੱਗ ਅਲੱਗ ਸਟੇਟਾਂ ਤੋਂ ਲੋਕ ਆ ਜਾਣੇ ਆ, ਤੇ ਪੰਜਾਬੀ ਠੀਕ ਕਰ ਰਹੇ ਆ। ਗੁਰੂ ਨਾਨਕ ਦੇਵ ਜੀ ਕਹਿ ਗਏ ਆ ਕਿ ਜਿਹੜੇ ਚੰਗੇ ਲੋਕ ਆ ਉੱਧੜ ਜਾਣ, ਅਸੀਂ ਉੱਧੜ ਗਏ, ਚੰਗੇ ਆ, ਉੱਧੜ ਜਾਵਾਂਗੇ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਬੜੀ ਮਿਹਰਬਾਨੀ। ਹੋਰ ਸਮਾਂ ਅੱਗੇ ਆ ਗਿਆ, ਨਹੀਂ ਦਿੰਦਾ ਬ੍ਰੇਕ ਜਿਹੜੀ ਇੱਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ, ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ, ਕਾਲਾਂ ਹੋਰ ਅੱਗੇ ਨਹੀਂ ਲੈ ਹੋਣੀਆਂ, ਗੱਲ ਮੁੱਕਦੀ ਇਹ ਕਰੀਏ ਕਿ ਪੰਜਾਬ ਦੇ ਜਿਹੜੇ ਹਾਲਾਤ ਚੱਲਦੇ ਨੇ, ਵੈਸੇ ਤਾਂ ਦੇਖਿਆ ਜਾਵੇ ਸਦੀਆਂ ਤੋਂ ਪੰਜਾਬ ਬਾਰੇ ਇਹੋ ਜਿਹਾ ਬੜਾ ਕੁਛ ਹੁੰਦਾ ਆਇਆ, ਪੰਜਾਬ 'ਤੇ ਇਹੋ ਜਿਹਾ ਬੜਾ ਕੁਛ ਵਾਪਰਦਾ ਆਇਆ ਵੱਖ ਵੱਖ ਤਰੀਕੇ ਨਾਲ, ਪਰ ਪੰਜਾਬ 'ਚ ਪੰਜਾਬੀ ਉਹ ਉੱਥੇ ਹੀ ਨੇ, ਉੱਦਾਂ ਦੇ ਉੱਦਾਂ ਹੀ ਨੇ, ਉਹਨਾਂ ਨੂੰ ਕੁਛ ਨਹੀਂ ਹੋਇਆ, ਕੁਛ ਇੱਕ ਹਾਲਾਤ ਡਾਵਾਡੋਲ ਹੁੰਦੇ ਨੇ, ਉੱਤੇ ਥੱਲੇ ਹੁੰਦੇ ਨੇ, ਤਾਂ ਉਸ ਤੋਂ ਬਾਅਦ ਫਿਰ ਠੀਕ ਹੋ ਜਾਂਦੇ ਨੇ। ਸੋ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਹਾਲਾਤ ਵੀ, ਪੰਜਾਬੀਆਂ ਦੇ ਹਾਲਾਤ ਵੀ ਉਵੇਂ ਹੀ ਵਧੀਆ ਰਹਿਣਗੇ ਜਿਵੇਂ ਸ਼ੁਰੂ ਤੋਂ ਪੰਜਾਬੀ ਚੜ੍ਹਦੀ ਕਲਾ 'ਚ ਹੈਗੇ ਨੇ, ਉਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹਿਣਗੇ। ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਸਾਡਾ ਯੂਟਿਊਬ ਚੈਨਲ ਜਾਂ ਫਿਰ ਮੇਰਾ ਸੈੱਲ ਨੰਬਰ, ਕਿਸੇ 'ਤੇ ਵੀ ਗੱਲਬਾਤ ਕਰਕੇ ਤੁਸੀਂ ਆਪਣੀ ਜਾਣਕਾਰੀ ਦੇ ਸਕਦੇ ਹੋ, ਜਾਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਕਿਸੇ ਪ੍ਰੋਗਰਾਮ ਬਾਰੇ, ਜਾਣਕਾਰੀ ਲੈ ਵੀ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।